ਜਸ ਟੀਵੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ, ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ। ਦਰਸ਼ਕੋ, ਟੂ ਦਾ ਪੁਆਇੰਟ ਦੇ ਵਿੱਚ ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਪੰਜਾਬ ਦੀ ਕੈਬਨਿਟ ਦਾ ਇੱਕ ਅਹਿਮ ਫੈਸਲਾ ਹੈ। ਇੱਕ ਅਹਿਮ ਫੈਸਲਾ ਜਿਹੜਾ ਸੁਣਨ ਵਿੱਚ ਕਾਫੀ ਅਹਿਮ ਲੱਗਦਾ ਹੈ, ਔਰਤਾਂ ਦੇ ਲਈ ਖਾਸ ਤੌਰ ਤੇ ਵੱਡਾ ਫੈਸਲਾ ਇਸ ਨੂੰ ਮੰਨਿਆ ਜਾ ਸਕਦਾ ਹੈ, ਪਰ ਇਸ ਦੀ ਜ਼ਮੀਨੀ ਹਕੀਕਤ ਕੀ ਹੋਏਗੀ ਇਸ ਨੂੰ ਸਮਝਣਾ ਹਜੇ ਬਾਕੀ ਹੈ। ਕਿਉਂਕਿ ਪੰਜਾਬ ਦੀ ਕੈਬਨਿਟ ਨੇ ਅਜੇ ਫੈਸਲਾ ਕੀਤਾ ਹੈ ਕਿ ਪੰਚਾਇਤ, ਪੰਚਾਇਤ ਸਮਿਤੀ ਅਤੇ ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ ਦੀ ਚੇਅਰਮੈਨਸ਼ਿਪ ਦੇ ਲਈ ਔਰਤਾਂ ਨੂੰ ਰੋਟੇਸ਼ਨ ਵਿੱਚ ਜਿਹੜਾ ਹੈਗਾ, ਜਿਹੜਾ ਸਿਸਟਮ ਰੋਟੇਸ਼ਨ ਵਾਲਾ ਹੈਗਾ, ਉਸ ਦੇ ਵਿੱਚ ਵੀ ਰਾਖਵਾ ਕਰਨ ਦੀ ਸਹੂਲਤ ਦਿੱਤੀ ਜਾਏਗੀ। ਸਾਡਾ ਸਵਾਲ ਇੱਕੋ ਹੈ ਕਿ ਕੀ ਉਹਦੇ ਨਾਲ ਪਾਵਰ ਮਿਲੇਗੀ। ਅਜੇ ਬਹਿਸ ਕਿਉਂ ਕਰ ਰਹੇ ਹਾਂ ਅਸੀਂ, ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਕੈਬਨਿਟ ਦਾ ਪੰਚਾਇਤਾਂ ਅਤੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਬਾਰੇ ਫੈਸਲਾ ਇਹ ਸਾਹਮਣੇ ਆਇਆ, ਮਹਿਲਾਵਾਂ ਨੂੰ ਸਰਪੰਚੀ ਅਤੇ ਚੇਅਰਮੈਨ ਦੇ ਅਹੁਦਿਆਂ ਦੇ ਮੌਕੇ ਦੇ ਲਈ ਰੋਟੇਸ਼ਨ ਵਿੱਚ ਵੀ ਰਾਖਵਾਂਕਰਨ ਜਿਹੜਾ ਹੈਗਾ ਉਹ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਅਤੇ ਇਸ ਫੈਸਲੇ ਵਿੱਚ ਪੰਚਾਇਤ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਵਿੱਚ 50% ਸੀਟਾਂ ਪਹਿਲਾਂ ਹੀ ਮਹਿਲਾਵਾਂ ਲਈ ਰਾਖਵੀਆਂ ਕਰ ਦਿੱਤੀਆਂ ਗਈਆਂ ਸੀ ਅਤੇ ਹੁਣ ਜਿਹੜਾ ਫੈਸਲਾ ਲੱਗਿਆ, ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਆਰਡੀਨੈਂਸ ਵੀ ਲਿਆਵੇਗੀ ਸੂਬਾ ਸਰਕਾਰ ਅਤੇ ਆਰਡੀਨੈਂਸ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਦੇ ਲਈ ਇਹ ਨਵੀਂ ਵਿਵਸਥਾ ਜਿਹੜੀ ਹੈਗੀ ਹੈ ਉਹ ਲਾਗੂ ਹੋਵੇਗੀ, ਇਸ ਨੂੰ ਮੰਨਿਆ ਜਾਵੇਗਾ। ਅਤੇ ਸਵਾਲ ਜਿਹੜਾ ਹੈਗਾ ਅੱਜ ਇੱਕੋ ਹੀ ਹੈ ਕਿ ਪੰਜਾਬ ਕੈਬਨਿਟ ਦੇ ਫੈਸਲੇ ਦੇ ਨਾਲ ਸਿਆਸਤ ਵਿੱਚ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਕੀ ਬਦਲੇਗਾ। ਖਾਸ ਪੈਨਲ ਸਾਡੇ ਨਾਲ ਮੌਜੂਦ ਆ, ਉਸ ਪੈਨਲ ਦੇ ਨਾਲ ਥੋੜ੍ਹਾ ਤਾਰੁਫ ਕਰਵਾ ਦਿੰਦੇ ਹਾਂ। ਡਾਕਟਰ ਪੀ ਐਲ ਗਰਗ ਸਾਹਿਬ ਸਾਡੇ ਨਾਲ ਮੌਜੂਦ ਨੇ, ਪੰਚਾਇਤ ਅਤੇ ਪੰਚਾਇਤ ਸਮਿਤੀਆਂ ਅਤੇ ਪੇਂਡੂ ਪੱਧਰ ਦੀਆਂ ਜਿਹੜੀ ਸਥਾਨਕ ਸਰਕਾਰਾਂ ਨੇ ਉਹਨਾਂ ਬਾਰੇ ਬਹੁਤ ਵੱਡੇ ਪੱਧਰ 'ਤੇ ਇਹਨਾਂ ਨੇ ਅਧਿਐਨ ਕੀਤਾ ਹੈ। ਗਰਗ ਸਾਹਿਬ, ਉਦੋਂ ਸਵਾਗਤ ਹੈ ਤੁਹਾਡੇ ਚਰਚਾ ਦੇ ਵਿੱਚ। ਤਾਰਾ ਸਿੰਘ ਸੰਧੂ ਸਾਹਿਬ ਕਾਂਗਰਸ ਤੋਂ ਸਾਡੇ ਨਾਲ ਮੌਜੂਦ ਨੇ, ਕਾਂਗਰਸ ਦਾ ਪੱਖ ਰੱਖਣਗੇ ਇਸ ਫੈਸਲੇ ਦੇ ਕੀ ਮਾਇਨੇ ਕੱਢੇ ਜਾਣ। ਅਕਾਲੀ ਦਲ ਤੋਂ ਅਮਰਦੀਪ ਸਿੰਘ ਧਾਰਨੀ ਸਾਹਿਬ ਸਾਡੇ ਨਾਲ ਮੌਜੂਦ ਨੇ। ਧਾਰਨੀ ਸਾਹਿਬ, ਅਕਾਲੀ ਦਲ ਦੇ ਨਜ਼ਰੀਏ ਤੋਂ ਦੱਸਣਗੇ ਕਿ ਉਹ ਕਿਸ ਤਰੀਕੇ ਨਾਲ ਇਸ ਫੈਸਲੇ ਨੂੰ ਦੇਖਦੇ ਨੇ ਔਰ ਬਿਲਕੁਲ ਇਸ ਨੂੰ ਇੱਕ ਨਿਊਟਰਲ ਤਰੀਕੇ ਨਾਲ ਜੇਕਰ ਦੇਖਿਆ ਜਾਵੇ। ਮਦਨਦੀਪ ਜੀ ਦੱਸਣਗੇ ਸਾਨੂੰ, ਸੀਨੀਅਰ ਜਰਨਲਿਸਟ ਨੇ ਸਾਡੇ ਨਾਲ, ਕਿ ਇਸ ਫੈਸਲੇ ਦਾ ਨਿਊਟਰਲ ਇੰਪੈਕਟ ਜਿਹੜਾ ਹੈਗਾ ਉਹ ਜ਼ਮੀਨੀ ਪੱਧਰ 'ਤੇ ਕੋਈ ਅਸਰ ਪਵੇਗਾ ਵੀ ਜਾਂ ਸਿਰਫ ਇਹ ਹਵਾ ਵਿੱਚ ਗੱਲ ਹੈ। ਸਭ ਤੋਂ ਪਹਿਲਾਂ ਸੰਧੂ ਸਾਹਿਬ, ਇਹ ਜਿਹੜਾ ਫੈਸਲਾ ਹੈਗਾ ਇਸ ਨੂੰ ਅਸੀਂ ਕੀ ਮੰਨੀਏ, ਔਰਤਾਂ ਨੂੰ ਇੱਕ ਲੋਲੀਪੌਪ ਹੋਰ ਦੇ ਦਿੱਤਾ ਗਿਆ? ਨਹੀਂ ਜੀ, 1994 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਰਾਹੁਲ ਗਾਂਧੀ ਨੇ, ਰਾਹੁਲ ਗਾਂਧੀ ਦੇ ਪਿਤਾ ਜੀ ਦਾ ਮੈਂ ਨਾਮ ਰਾਜੀਵ ਗਾਂਧੀ ਜੀ ਨੇ, ਉਹਨਾਂ ਨੇ ਪੰਚਾਇਤੀ ਐਕਟ 'ਚ ਸੋਧਾਂ ਕਰਾ ਕੇ ਬਹੁਤ ਵੱਡਾ ਇਸ ਪਾਸੇ ਵੱਲ ਧਿਆਨ ਦਿੱਤਾ। ਜਾਂ ਦੇਸ਼ ਦੇ ਵਿੱਚ ਵੈਸਟ ਬੰਗਾਲ ਨੇ ਜਿਹੜਾ ਇਹ ਪੰਚਾਇਤਾਂ ਨੂੰ ਵੱਧ ਪਾਵਰ ਦੇ ਕੇ, ਉਹਨਾਂ ਨੇ ਵੀ ਬਹੁਤ ਜ਼ਿਆਦਾ ਇਹਦੇ ਚੰਗੇ ਰਿਜ਼ਲਟ ਉੱਥੇ ਨਿਕਲੇ ਆ। ਠੀਕ, ਕੈਪਟਨ ਅਮਰਿੰਦਰ ਸਿੰਘ ਜੀ ਜਦੋਂ 2002 ਤੋਂ 7 ਤੱਕ ਆਏ, ਇਹਨਾਂ ਨੇ 29 ਮਹਿਕਮੇ ਜਿਹੜੇ ਹੈ ਉਹ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਧੀਨ ਕੀਤੇ, ਇੱਥੋਂ ਤੱਕ ਕਿ ਟੀਚਰਾਂ ਦੀਆਂ ਬਦਲੀਆਂ, ਕਈਆਂ ਅਪੁਆਇੰਟਮੈਂਟਸ ਅੱਡ ਅੱਡ ਡਿਪਾਰਟਮੈਂਟਸ ਦੇ ਇਹ ਅਧਿਕਾਰ ਦਿੱਤੇ। ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਉਸ ਲੜੀ ਦਾ ਅਗਲਾ ਹਿਸਟੋਰੀਕਲ ਸਟੈਪ ਹੈ, ਇਹ ਬਹੁਤ ਵੱਡਾ ਹੈ। ਕਿਉਂਕਿ ਪੰਜਾਬ ਭਾਵੇਂ ਸਾਡੇ ਮੇਲ ਡੋਮੀਨੇਟਿੰਗ ਸੁਸਾਇਟੀ ਦੇ ਵਿੱਚ ਔਰਤਾਂ ਨੂੰ ਕਈ ਵਾਰੀ ਸਰਪੰਚ ਪਹਿਲਾਂ ਚੁਣਿਆ ਜਾਂਦਾ ਸੀਗਾ, ਪਰ ਜ਼ਿਆਦਾ ਕੰਮ ਜਿਹੜੇ ਆ ਉਹ ਮਰਦ ਹੀ ਕਰਦੇ ਸੀਗੇ, ਪਰ ਹੁਣ ਜਦੋਂ ਔਰਤਾਂ ਦੀ ਜਿਹੜੀ ਰਬੜੀ ਮੋਹਰ ਸੀ ਹੁਣ ਖਤਮ ਹੋ ਜਾਵੇਗੀ, ਉਹਦੇ ਫਰਕ ਪਊਗਾ। ਮੈਂ ਇਹ ਨਹੀਂ ਕਹਿੰਦਾ ਵੀ ਇੱਕਦਮ ਸਾਰਾ ਕੁਛ ਖਤਮ ਹੋ ਜਾਊਗਾ, ਪਰ ਕਿਉਂਕਿ ਬਹੁਤ ਜ਼ਿਆਦਾ ਔਰਤਾਂ ਇਸ ਜਮਹੂਰੀ ਪ੍ਰਕਿਰਿਆ ਜਦੋਂ ਸ਼ਮੂਲੀਅਤ ਕਰ ਰਹੀਆਂ, ਤਾਂ ਕੁਦਰਤੀ ਤੌਰ 'ਤੇ ਉਹਨਾਂ ਦੀ ਰਜਿਸਟੈਂਸ ਜਾਂ ਆਪਣੀ ਪਾਵਰ ਨੂੰ ਐਕਸਰਸਾਈਜ਼ ਕਰਨ ਦਾ ਜਿਹੜਾ ਉਹ ਹੈ ਅੱਗੇ ਨਾਲੋਂ। ਅਮਰਦੀਪ ਸਿੰਘ ਧਾਰਨੀ ਸਾਹਿਬ, ਪਿੰਡੂ ਵੋਟ ਬੈਂਕ ਤੇ ਤੁਹਾਡੀ ਸਭ ਤੋਂ ਜ਼ਿਆਦਾ, ਤੁਹਾਡੀ ਪਾਰਟੀ ਸਭ ਤੋਂ ਵੱਡੀ ਪਕੜ ਜਿਹੜੀ ਹੈਗੀ ਪੰਜਾਬ ਵਿੱਚ ਪਿੰਡੂ ਵੋਟ ਬੈਂਕ ਤੇ ਤੁਹਾਡੀ ਪਾਰਟੀ ਦੀ ਮੰਨੀ ਜਾਂਦੀ ਹੈ, ਇਹ ਫੈਸਲਾ ਕਾਂਗਰਸ ਲੈ ਰਹੀ ਹੈ, ਤੁਹਾਡੇ ਰਾਜ ਵਿੱਚ ਨਹੀਂ ਹੋਇਆ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਸ ਗੱਲ ਦੇ ਦਾ ਮਦਈ ਰਿਹਾ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਆ, ਜੇ ਧਾਰਮਿਕ ਤੌਰ 'ਤੇ ਵੀ ਦੇਖਿਆ ਜਾਵੇ ਜਾਂ ਰਾਜਨੀਤਿਕ ਤੌਰ 'ਤੇ ਵੀ ਦੇਖਿਆ ਜਾਵੇ। ਸਾਡਾ, ਅਸੀਂ ਹਮੇਸ਼ਾ ਹੀ ਇਸ ਗੱਲ ਦੇ ਮਦਈ ਹਾਂ ਕਿ ਔਰਤਾਂ ਨੂੰ ਰਾਖਵਾਂਕਰਨ ਮਿਲਣਾ ਚਾਹੀਦਾ ਜੀ। ਅਤੇ ਇਹਨਾਂ ਨੇ ਦੇਖੋ, ਇਹਨਾਂ ਨੇ ਪਹਿਲ ਕਰ ਲਈ ਹੈ, ਬਹੁਤ ਅਸੀਂ ਵੀ ਸਵਾਗਤ ਕਰਦੇ ਹਾਂ ਇਸ ਗੱਲ ਦਾ, ਜ਼ਰੂਰੀ ਇਹ ਹੋਣਾ ਚਾਹੀਦਾ। ਪਰ ਕਿਤੇ ਨਾ ਕਿਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਹੁਣ ਇਹ ਪੱਖ ਛੱਡ ਦਿਓ ਮੇਰਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਬੈਠਾ ਹੈਗਾ, ਆਈ ਐਮ ਐਡਵੋਕੇਟ,
मैं जमीनी हकीकत मैं बहुत अच्छी तरह जानता है कि इस जिहड़ी रखवाकरण हैगा औरतां लई खास तौर ते इहदे की इफेक्ट्स हैगे आ मैनूं पता कचहरी दे विच बैठ के जदों किसी औरत नूं कचहरी दे विच आउणा पैंदा तां किस तरह दे इफेक्ट्स होंदे आ किस तरह किस निगाह नाल उहनूं देखिया जांदा। देखो एक 10 बंदिआं दी मान लो जमानत वास्ते 10 बंदिआं लै के आउंदे आ जे उहदी गवाही पाउण वास्ते एक औरत नूं आउणा पै जावे तां बड़ियां मुश्किलां आउंदियां बहुत सारियां। ਸਾਡਾ ਸਮਾਜ ਹਾਲੇ ਤੱਕ ਇਸ ਗੱਲ ਪ੍ਰੈਕਟੀਕਲਿਟੀ ਨਹੀਂ ਹੈਗੀ ਪ੍ਰੈਕਟੀਕਲਿਟੀ ਨਹੀਂ ਹੈਗੀ ਪਰ ਜੋ ਇਹਨਾਂ ਨੇ ਕੀਤਾ ਬਹੁਤ ਅੱਛੀ ਗੱਲ ਆ ਅਸੀਂ ਵੀ ਇਸ ਗੱਲ ਨੂੰ ਦੀ ਅਸੀਂ ਸ਼ਲਾਘਾ ਕਰਦੇ ਡਾਕਟਰ ਗਰਗ ਇਹ ਇਹ ਜਿਹੜਾ ਫੈਸਲਾ ਆ ਗਿਆ ਇਸ ਨੂੰ ਇੱਕ ਐਕਸਪਰਟ ਵਜੋਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਲਗਾਤਾਰ ਅਧਿਐਨ ਕਰਦੇ ਰਹੇ ਹੋ ਪੰਚਾਇਤ ਸਮਿਤੀਆਂ ਬਾਰੇ ਤੇ ਇਹਨਾਂ ਚੀਜ਼ਾਂ ਬਾਰੇ ਜਿੱਥੇ ਤੱਕ ਜੀ ਇਹ ਸਵਾਲ ਹੈ ਵੀ ਇਹ ਫੈਸਲਾ ਇੱਕ ਸ਼ਲਾਘਾਯੋਗ ਫੈਸਲਾ ਹੈ ਇਹਦੇ ਵਿੱਚ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਸਿਰਫ ਅੱਜ ਰੋਟੇਸ਼ਨ ਦੀ ਹੋਈ ਹੈ ਵੀ ਰੋਟੇਸ਼ਨ ਕਿਵੇਂ ਕਰਨੀ ਹੈ ਹਾਲਾਂਕਿ ਜਦ ਇਹ ਨੋਟੀਫਿਕੇਸ਼ਨ ਪਹਿਲਾਂ ਐਕਟ ਬਣਿਆ ਐਕਟ ਦੇ ਵਿੱਚ ਚੇਂਜ ਆਈ ਕਿ ਅਸੀਂ 50% ਰਿਜ਼ਰਵੇਸ਼ਨ ਦੇਣੀ ਹੈ ਉਹਦੇ 'ਚ ਬੜਾ ਸਪੱਸ਼ਟ ਲਿਖਤਾ ਸੀ ਕਿ ਇਹ ਅਸੀਂ ਰੋਸਟਰ ਕਾਊਂਟ ਜਿਹੜਾ ਕਰਨਾ ਹੈ 50 ਕਿਵੇਂ ਕੈਲਕੂਲੇਟ ਕਰਨੇ ਨੇ ਕਿਹੜੇ ਜ਼ਿਲ੍ਹੇ ਦੀ 22 ਜ਼ਿਲ੍ਹੇ ਨੇ 11 ਰਿਜ਼ਰਵ ਹੋਣੀਆਂ ਨੇ ਵਾਈਸ ਪ੍ਰੈਜ਼ੀਡੈਂਟ ਨੇ ਗਿਆਰਾਂ ਚੇਅਰਮੈਨ ਦੀਆਂ ਚੇਅਰਪਰਸਨ ਦੀਆਂ ਉਹ ਕਿਵੇਂ ਹੋਣੇ ਉਹਨਾਂ ਆਖਿਆ ਵੀ ਜਿਹੜੇ ਪਹਿਲਾਂ ਰਿਜ਼ਰਵ ਹੋ ਗਏ ਉਹਨਾਂ ਤੋਂ ਅਗਲੇ ਨੂੰ ਕਰਨੀਆਂ ਨੇ ਵੀ ਪਹਿਲਾਂ ਖਾਲੀ ਨੇ ਜਿਹੜੇ ਪਹਿਲਾਂ ਰਿਜ਼ਰਵ ਨਹੀਂ ਹੋਏ ਪਿਛਲੀ ਚੋਣ 'ਚ ਉਹਨਾਂ ਨੂੰ ਕਿਉਂਕਿ ਪਹਿਲਾਂ ਵੀ 33% ਸੀਗਾ ਉਹਨਾਂ ਨੂੰ 33% 'ਚ ਜਿਹੜੇ ਰਿਜ਼ਰਵ ਹੋ ਚੁੱਕੇ ਉਹਨਾਂ ਨੂੰ ਪਹਿਲਾਂ ਨਹੀਂ ਲੈਣਾ ਇਹਨੀ ਵੀ ਪਿਛਲੇ ਸਾਲ ਵੀ ਰਿਜ਼ਰਵ ਔਰਤ ਵਾਸਤੇ ਸੀ ਐਤਕੀ ਵੀ ਹੋਵੇ ਸ਼ਡਿਊਲ ਕਾਸਟ ਵਾਸਤੇ ਪਿਛਲੇ ਸਾਲ ਵੀ ਸੀ ਐਤਕੀ ਵੀ ਹੋਵੇ ਸੋ ਇੱਕ ਤਾਂ ਇਹ ਰੋਟੇਸ਼ਨ ਉਹ ਰੋਟੇਸ਼ਨ ਦਾ ਇਹਨਾਂ ਨੇ ਆਪਦਾ ਕੋਈ ਫਾਰਮੂਲਾ ਕਿਵੇਂ ਆ ਪਤਾ ਨਹੀਂ ਬਿਊਰੋਕਰੇਸੀ ਕਿੰਨਾ ਕੁ ਇਹਨਾਂ ਨੇ ਕਰਿਆ ਪਰ ਉਹ ਰੋਟੇਸ਼ਨ ਆ ਵੀ ਕਿਵੇਂ ਕਰਨੀ ਹੈ ਆਫਟਰ ਤੈਅ ਰੌਲਾ ਪੈ ਜਾਏਗਾ ਵੀ ਤੁਸੀਂ ਆਉਣਾ ਕਿ ਮੈਂ ਆਉਣਾ ਮੇਰੇ ਕੋਲ ਮਰਦ ਕੈਂਡੀਡੇਟ ਤੁਹਾਡੇ ਕੋਲ ਫੀਮੇਲ ਹੈ ਸੋ ਇਹ ਹੈਗਾ ਝਗੜਾ ਉਹ ਰੋਟੇਸ਼ਨ ਇਹਨਾਂ ਨੇ ਤੈਅ ਕਰੀ ਹੈ ਆਲਰੇਡੀ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਹੋ ਚੁੱਕੀਆਂ ਆ ਹੁਣੀ ਉਹਦੇ ਵਿੱਚ 2900 ਪੰਚਾਇਤ ਸਮਿਤੀਆਂ ਸੀਟਾਂ ਦੇ ਵਿੱਚੋਂ 1450 ਸੀਟ ਦੇ ਉੱਤੇ ਔਰਤਾਂ ਜਿੱਤੀਆਂ ਨੇ ਔਰਤਾਂ ਵਾਸਤੇ ਰਾਖਵੀਆਂ ਸੀਗੀਆਂ ਉਹ ਇਸੇ ਤਰ੍ਹਾਂ ਹੀ ਜਿਹੜੀਆਂ 353 ਸੀਟਾਂ ਜਿਹੜੀਆਂ ਸੀ ਉਹ ਇਹਨਾਂ ਦੀਆਂ ਸੀ ਆਪਣਾ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਉਹ 353 ਦੇ ਵਿੱਚੋਂ 177 ਉਹਦੇ 'ਚ ਵੂਮੈਨ ਜਿੱਤੀਆਂ ਨੇ ਉਹਨਾਂ 'ਚੋਂ ਇਹ ਚੁਣੀ ਜਾਣੀਆਂ ਨੇ ਇੱਕ ਗੱਲ ਸੋ ਇਹਦਾ ਫਾਇਦਾ ਇੱਕ ਇਹ ਹੈ ਕਿ ਜਦ ਵੂਮੈਨ ਦੀ ਮੈਂ ਤਾਰਾ ਸਿੰਘ ਸੰਧੂ ਜੀ ਨਾਲ ਇਸ ਗੱਲ ਤੱਕ ਥੋੜ੍ਹਾ ਜਿਹਾ ਮੁਤਫਿਕ ਹਾਂ ਵੀ ਜਦ ਉਹਨਾਂ ਦੀ ਗਿਣਤੀ ਵਧੇਗੀ ਤਾਂ ਉਹਨਾਂ ਦਾ ਪ੍ਰੈਸ਼ਰ ਵਧੇਗਾ ਵਧੇਗਾ ਕਾਊਂਟਿੰਗ ਦਾ ਫਰਕ ਪੈਂਦਾ ਹੀ ਹੈ ਜਦੋਂ 50% ਅੱਧੀਆਂ ਚੁਣ ਕੇ ਆਈਆਂ ਨੇ ਹੁਣ ਇਹਨਾਂ ਦੀ ਲੋੜ ਕਿੱਥੇ ਹੈ ਜਿਹੜਾ ਪਹਿਲਾਂ ਸਰਕਾਰਾਂ ਕਈ ਵਾਰ ਨਹੀਂ ਕਰਦੀਆਂ ਇਹ ਧਾਰਨੀ ਸਾਹਿਬ ਨੇ ਵੀ ਠੀਕ ਕਿਹਾ ਜੇ ਇੱਕ SDM ਕੋਈ ਪੁਲਿਸ ਅਫਸਰ ਕੋਈ ਪੁਲਿਸ ਦੇ ਸਿਪਾਹੀ ਈਵਨ ਬੱਸ ਕੰਡਕਟਰ ਚੰਡੀਗੜ੍ਹ 'ਚ ਜੇ ਔਰਤਾਂ ਟੀਚਰ ਔਰਤਾਂ ਪਿੰਡਾਂ 'ਚ ਜਾਂਦੀਆਂ ਨੇ ਡਾਕਟਰ ਨੇ ਨਰਸਾਂ ਨੇ ਸੋ ਔਰਤਾਂ ਨੂੰ ਅੱਗੇ ਲਿਆਉਣ ਦੀ ਜਿਹੜੀ ਮਾਨਸਿਕਤਾ ਹੈ ਉਹ ਸਾਡੀ ਮੇਲ ਡੋਮੀਨੈਂਸ ਦੇ ਵਿੱਚੋਂ ਨਿਕਲਦੀ ਨਹੀਂ ਉਹ ਸੈਂਟਰ ਦੇ ਵਿੱਚ ਇੱਕ ਵਜ਼ੀਰ ਬਣੇ ਔਰਤ ਬਿਹਾਰ ਦੇ ਉਹਦੇ ਘਰ ਵਾਲਾ ਵੀਡੀਓ ਰਿਟਾਇਰ ਹੋਇਆ ਸੀ ਉਹ ਆ ਕੇ ਬਹਿ ਗਿਆ ਇੱਥੇ ਸਾਨੂੰ ਪਤਾ ਇਸ ਸਰਕਾਰ 'ਚ ਵੀ ਉਹ ਸਾਰੀਆਂ ਸਰਕਾਰਾਂ 'ਚ ਹੀ ਆ ਵੀ ਮਰਦ ਸਮਝਦੇ ਮੈਨੂੰ ਵੀ ਪਤਾ ਦੁਨੀਆ ਨੂੰ ਕੁਛ ਨਹੀਂ ਜਦਕਿ ਸਾਡਾ ਤਜਰਬਾ ਇਹ ਹੈ ਕਿ ਜੇ ਔਰਤਾਂ ਲੀਡਰਸ਼ਿਪ 'ਚ ਆਉਂਦੀਆਂ ਤਾਂ ਫਾਇਦਾ ਕੀ ਹੈ ਮੈਂ ਇਹ ਕਹਿਣਾ ਲਾਗੂ ਤਾਂ ਕਿੰਨਾ ਹੋਊਗਾ ਉਹ ਅਗਲੀ ਗੱਲ ਆਪਾਂ ਕਰਾਂਗੇ ਇਹਦਾ ਫਾਇਦਾ ਹੋਊਗਾ ਜੇ ਔਰਤਾਂ ਲੀਡਰਸ਼ਿਪ 'ਚ ਹੋਣਗੀਆਂ ਤਾਂ ਉਸ ਮੀਟਿੰਗ ਦੇ ਵਿੱਚ ਕੋਈ ਬੰਦਾ ਗਾਲੀ ਗਲੋਚ 'ਚ ਨਹੀਂ ਜਾਏਗਾ ਕੁੱਟਮਾਰ ਵੀ ਸ਼ਾਇਦ ਉਨੀ ਨਾ ਹੋਵੇ ਕਿਉਂਕਿ ਔਰਤਾਂ ਦੇ ਸਾਹਮਣੇ ਇੱਕ ਆਟੋਮੈਟਿਕ ਡਿਸਿਪਲਿਨ ਹੁੰਦਾ ਹੈ ਜਿਹੜਾ ਥੋੜ੍ਹਾ ਕਰਨਾ ਚਾਹੇ ਉਹ ਘੱਟ ਗਿਆ ਅੱਜ ਪਰ ਹੁੰਦਾ ਦੂਜੀ ਗੱਲ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਪਰਿਵਾਰਕ ਤੌਰ 'ਤੇ ਸਮਾਜਿਕ ਤੌਰ 'ਤੇ ਧਿਆਨ ਰੱਖਦੇ ਹਾਂ ਵੀ ਆਹ ਮਾੜੀ ਗੱਲ ਨਾ ਹੋ ਜੇ ਤੀਜਾ ਨਸ਼ਿਆਂ ਦੇ ਉੱਤੇ ਵੀ ਫਰਕ ਪਏਗਾ ਕਿਉਂਕਿ ਔਰਤਾਂ ਨਸ਼ੇ ਨਹੀਂ ਇਨ ਜਨਰਲ ਕਰਦੀਆਂ ਇਹ ਠੀਕ ਹੈ ਕੋਈ ਉਹਦੇ 'ਚ ਬੀਜ ਨਾਸ ਨਹੀਂ ਹੈ ਗੱਲ ਦਾ ਪਰ ਔਰਤਾਂ ਨਸ਼ਿਆਂ ਨੂੰ ਘਿਰਨਾ ਕਰਦੀਆਂ ਨੇ ਔਰਤਾਂ ਨੇ ਤਾਂ ਠੇਕੇ ਤੋੜੇ ਨੇ ਸ਼ਰਾਬ ਦੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਦ ਇਹ ਵਿਕਾਸ ਦੇ ਵਿੱਚੋਂ ਫਿਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਛੋਟੀ ਜਿਹੀ ਇਹਦਾ ਬਦਲਾਅ ਕਿਵੇਂ ਆਉਂਦਾ ਕਾਰਨਾਂ ਦੇ ਵਿੱਚ ਇੱਕ ਇਹੋ ਜਿਹੀ ਸਿਚੁਏਸ਼ਨ ਸੀ ਜਿੱਥੇ ਮਰਦਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਆਹ ਕੰਮ ਕਰਨਾ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਔਰਤਾਂ ਨੇ ਵੀ ਅਸੀਂ ਤਾਂ ਚੱਟੀ ਜਾਂਦੇ ਸਵੇਰੇ ਉੱਥੇ ਤਾਂ ਪਰਦਾ ਨਹੀਂ ਹੈ ਇਹ ਕੰਮ ਤਾਂ ਉਦੋਂ ਜ਼ਿਆਦਾ ਜ਼ਰੂਰੀ ਨਹੀਂ ਭਾਈ ਅਸੀਂ ਉੱਥੇ ਸਾਨੂੰ ਪਰਦਾ ਚਾਹੀਦਾ ਪਹਿਲਾਂ ਉਹ ਕਰੋ ਸੋ ਔਰਤਾਂ ਜੇ ਸਾਹਮਣੇ ਆਉਂਦੀਆਂ ਨੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਕਈ ਵਾਰ ਅਸੀਂ ਮਰਦ ਨਹੀਂ ਸੋਚ ਸਕਦੇ ਸਾਨੂੰ ਲੱਗਦਾ ਹੀ ਨਹੀਂ ਵੀ ਇਹ ਸਮੱਸਿਆ ਹੋਏਗੀ ਕਿਉਂਕਿ ਸਾਡੇ ਵਾਸਤੇ ਪਰਦੇ ਦੀ ਓਡੀ ਵੱਡੀ ਸਮੱਸਿਆ ਹੈ ਨਹੀਂ ਉਹ ਸਾਹਮਣੇ ਆਉਂਦੀਆਂ ਨੇ ਬਦਲਾਅ ਆਪਣੇ ਆਪ ਵਿੱਚ ਇੱਕ ਗਤੀ ਹੈਗੀ ਹੈ ਕੁਦਰਤੀ ਗਤੀ ਹੈ ਉਹਨੇ ਚੱਲਦੇ ਰਹਿਣਾ ਆ ਡਾਕਟਰ ਗਰਗ ਦੀ ਗੱਲ ਬਿਲਕੁਲ ਠੀਕ ਆ ਪਰ ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਪਹਿਲੀ ਗੱਲ ਤਾਂ ਇਹ ਆ ਵੀ ਇਹ ਸਵਾਗਤਯੋਗ ਫੈਸਲਾ ਆ ਇਹਦਾ ਕਿਸੇ ਵੀ ਰੂਪ 'ਚ ਵਿਰੋਧ ਤਾਂ ਕਰਨਾ ਬਣਦਾ ਹੀ ਨਹੀਂ ਨਾ ਇਹ ਤਾਂ ਇਹ ਗੱਲ ਠੀਕ ਹੈ ਜੋ ਕੀਤੀ ਹੈ ਹੌਲੀ ਹੌਲੀ ਕਰਕੇ ਕਿਉਂਕਿ ਸਾਡਾ ਜਿਹੜਾ ਥੋੜ੍ਹਾ ਜਿਹਾ ਸਮਾਜਿਕ ਜਿਹੜੀ ਤਬਦੀਲੀਆਂ
ਉਹ ਯੂਰਪ ਵਾਂਗੂ ਬਹੁਤ ਤੇਜ਼ੀ ਨਾਲ ਨਹੀਂ ਹੁੰਦੀਆਂ, ਹੌਲੀ ਹੌਲੀ ਹੁੰਦੀਆਂ ਹੈ। ਮਿਸਾਲ ਦੇ ਤੌਰ 'ਤੇ ਇਹ 1952 ਦੇ ਐਕਟ ਦੇ ਵਿੱਚ ਜਿਹੜੀ ਪਹਿਲੀ ਸੋਧ ਹੋਈ ਹੈ 1994 ਜਾ ਕੇ ਹੋਈ, ਯਾਨੀ ਕਿ 40-42 ਸਾਲ ਬਾਅਦ ਹੋਈ ਜਾ ਕੇ, ਠੀਕ ਆ। 42 ਸਾਲ ਲੱਗ ਗਏ ਇਹ ਫੈਸਲਾ ਲੈਣ ਲਈ ਵੀ ਇਹਦੇ ਵਿੱਚ ਜਿਹੜੀ ਪੰਚਾਇਤਾਂ ਦੇ ਵਿੱਚ ਜਿਹੜੀ ਪ੍ਰਤੀਨਿਧਤਾ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਜਾ ਕੇ ਮਤਲਬ ਇਹ ਕਿ ਕੁਝ ਜਿਹੜੀ ਔਰਤਾਂ ਨੂੰ ਉਹਦੇ ਵਿੱਚ ਲੈਣ ਦਾ ਫੈਸਲਾ ਕੀਤਾ ਗਿਆ। ਪਹਿਲਾਂ ਤਾਂ ਔਰਤ ਨੂੰ ਯੋਗ ਹੀ ਨਹੀਂ ਸਮਝਿਆ ਗਿਆ ਨਾ ਵੀ ਉਹ ਰਾਜਨੀਤੀ ਦੇ ਵਿੱਚ ਆ ਸਕਦੀ ਹੈ ਜਾਂ ਉਹ ਸਮਾਜ ਦੇ ਵਿੱਚ ਆਪਣਾ ਕੋਈ ਪੋਲੀਟੀਕਲ ਯੋਗਦਾਨ ਕੋਈ ਪਾ ਸਕਦੀ ਹੈ। ਪਹਿਲਾਂ ਤਾਂ ਉਹਨਾਂ ਨੂੰ ਬਿਲਕੁਲ ਇਗਨੋਰ ਹੀ ਕੀਤਾ ਗਿਆ ਆ, ਹੁਣ ਜਾ ਕੇ ਹੌਲੀ ਹੌਲੀ ਸਮਝ ਆ ਰਹੀ ਹੈ। ਔਰਤਾਂ ਦੀ ਪ੍ਰਤੀਨਿਧਤਾ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ, ਜਿਵੇਂ ਡਾਕਟਰ ਗਰਗ ਹੋਣਾ ਨੇ ਜਿਹੜੀ ਗੱਲ ਕਹੀ ਉਹ ਬੜੀ ਇੰਪੋਰਟੈਂਟ ਗੱਲ ਹੈ, ਭਾਵੇਂ ਛੋਟੀ ਗੱਲ ਲੱਗਦੀ ਹੋਵੇ ਉਹਦੀ ਪੋਲੀਟੀਕਲ ਵੈਲਿਊ ਨਹੀਂ ਹੋਊਗੀ, ਉਹਦੀ ਸੋਸ਼ਲ ਵੈਲਿਊ ਬਹੁਤ ਆ। ਕਿਉਂਕਿ ਜਿਹੜੀਆਂ ਇਸ ਵੇਲੇ ਸਾਨੂੰ ਔਰਤਾਂ ਦੇ ਸੰਬੰਧੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸਮਾਜ ਦੇ ਵਿੱਚ, ਚਾਹੇ ਉਹਨਾਂ ਨਾਲ ਜਿਹੜਾ ਹੈਗਾ ਦੁਰਵਿਹਾਰ ਦੀ ਹੈ ਜਾਂ ਮੀਟੂ ਜਿਹੜਾ ਚੱਲਿਆ ਹੋਇਆ ਵੀ ਔਰਤਾਂ ਦੇ ਨਾਲ ਜਿਹੜਾ ਹੈਗਾ ਜੀ ਉਹ ਹਰ ਵੇਲੇ ਉਹਦੇ ਬਦਨ ਨੂੰ ਹੀ ਤੱਕਿਆ ਜਾਂਦਾ ਆ, ਇੱਥੋਂ ਤੱਕ ਕਿ ਜਿਹੜੀਆਂ ਸਾਡੀਆਂ ਮਸ਼ਹੂਰੀਆਂ ਸਾਡਾ ਬਿਜ਼ਨਸ ਹੈਗਾ ਉਹ ਵੀ ਔਰਤ ਦੇ ਬਦਨ ਰਾਹੀਂ ਕੀਤਾ ਜਾਂਦਾ ਆ। ਵੀ ਇਹਨਾਂ ਚੀਜ਼ਾਂ ਨੂੰ ਜਿਸ ਤਰ੍ਹਾਂ ਔਰਤ ਸਮਝ ਕੇ ਆਪਣਾ ਪੱਖ ਰੱਖ ਸਕਦੀ ਹੈ ਉਵੇਂ ਮਰਦ ਔਰਤ ਦਾ ਪੱਖ ਨਹੀਂ ਰੱਖ ਸਕਦਾ, ਇਹ ਗੱਲਾਂ ਇਸ ਕਰਕੇ ਬਹੁਤ ਇੰਪੋਰਟੈਂਟ ਆ। ਮਿਸਾਲ ਦੇ ਤੌਰ 'ਤੇ ਜੇ ਅਸੀਂ ਪਿੰਡ ਪੱਧਰ ਦੀ ਗੱਲ ਕਰੀਏ ਉੱਥੇ ਖੇਤਾਂ ਦੇ ਵਿੱਚ ਵੀ ਜਿਹੜੀਆਂ ਸਾਡੇ ਅਸੀਂ ਸੀਰੀ ਸਾਡੇ 'ਚ ਮੇਲ ਲੱਗਦਾ ਨਾ ਮੇਲ ਹੁੰਦਾ ਸੀਰੀ, ਪਰ ਔਰਤਾਂ ਵੀ ਸੀਰੀ ਦਾ ਕੰਮ ਕਰਦੀਆਂ, ਸੀਰੀ ਪਰਿਵਾਰ ਸਾਰਾ ਹੀ ਸੀਰੀ ਹੁੰਦਾ ਆ, ਉਹਦੇ ਵਿੱਚ ਔਰਤਾਂ ਵੀ ਉਹਦੇ 'ਚ ਮਰਦ ਵੀ ਆ। ਉੱਥੇ ਜਿਹੜੀਆਂ ਔਰਤਾਂ ਨੂੰ ਬਹੁਤ ਸਾਰਾ ਕੁਛ ਭੋਗਣਾ ਪੈਂਦਾ ਆ, ਉਹ ਕਈ ਵਾਰ ਸਾਡੇ ਸਾਹਮਣੇ ਗੱਲਾਂ ਨਹੀਂ ਆਉਂਦੀਆਂ, ਪਰ ਜੇ ਉੱਥੇ ਔਰਤਾਂ ਪ੍ਰਤੀਨਿਧਤਾ ਕਰਦੀਆਂ ਹੋਣਗੀਆਂ ਕਿਉਂਕਿ ਉਹਦੇ ਵਿੱਚ ਸਾਰੇ ਉਹਦੇ ਸ਼ਾਮਿਲ ਹੈਗੇ ਆ, ਇਕੱਲੇ ਨਹੀਂ ਕਿ ਉਹਦੇ 'ਚ ਦਲਿਤ ਔਰਤਾਂ ਵੀ ਸ਼ਾਮਿਲ ਹੈਗੀਆਂ ਪ੍ਰਤੀਨਿਧਤਾ ਦੇ ਵਿੱਚ। ਠੀਕ ਹੈ, ਇੱਕ ਮੁੱਢਲੇ ਰੂਪ ਦੇ ਵਿੱਚ ਤਬਦੀਲੀ ਦੇ ਵਿੱਚ ਜਿਹੜਾ ਇਹ ਜਿਹੜਾ ਯੋਗਦਾਨ ਆ ਇਹ ਮੇਲ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ। ਠੀਕ ਹੈ, ਇਸ ਕਰਕੇ ਮੈਂ ਇਹਦਾ ਸਵਾਗਤ ਕਰਨਾ ਚਾਹੁੰਦਾ ਹਾਂ। ਪਰ ਦੂਜੀ ਗੱਲ ਜਿਹੜੀ ਹੈਗੀ ਹੈ ਜਿਹੜੀ ਉਹਦੇ ਨਾਲ ਪਤਾ ਨਹੀਂ ਹੁਣ ਉਹਦੇ 'ਚ ਕੋਈ ਕਾਨੂੰਨ ਹੋਣਾ ਚਾਹੀਦਾ ਜਾਂ ਉਹ ਵੀ ਇੱਕ ਸੋਸ਼ਲ ਪ੍ਰੋਬਲਮ ਹੈਗੀ ਹੈ, ਕਿਉਂਕਿ ਮੈਨੂੰ ਲੱਗਦਾ ਤੁਹਾਡੇ ਕੋਲ ਬ੍ਰੇਕ ਦਾ ਸਮਾਂ ਆ ਰਿਹਾ ਹੈ। ਜੀ ਬਿਲਕੁਲ, ਮੈਂ ਇੱਕ ਛੋਟਾ ਬ੍ਰੇਕ ਲੈਣ, ਬ੍ਰੇਕ ਤੋਂ ਬਾਅਦ ਮੈਂ ਵਾਪਸ ਆ ਰਿਹਾ ਹਾਂ ਉਸ ਤੇ। ਜਿਹੜੀ ਗੱਲ ਤੁਸੀਂ ਵਿੱਚੇ ਕੀਤੀ ਹੈ ਹੈਸ਼ਟੈਗ ਮੀ ਟੂ ਕੈਂਪੇਨ ਜਿਹੜਾ ਹੈਗਾ ਜਿਸ ਕਰਕੇ ਅੱਜ ਕੇਂਦਰੀ ਵਿਦੇਸ਼ ਰਾਜ ਮੰਤਰੀ ਨੂੰ ਆਪਣੀ ਕੁਰਸੀ ਵੀ ਛੱਡਣੀ ਪਈ ਹੈ, ਉਹ ਦੌਰ ਵੀ ਹੈਗਾ ਜਦੋਂ ਮੀ ਟੂ ਕੈਂਪੇਨ ਦੇ ਜ਼ਰੀਏ ਔਰਤਾਂ ਜਿਹੜੀਆਂ ਨੇ ਆਪਣੇ ਨਾਲ ਹੋਏ ਦੁਰਵਿਵਹਾਰ ਦੀ ਕਹਾਣੀ ਜਿਹੜੀ ਹੈਗੀ ਉਸ ਨੂੰ ਬਿਆਨ ਕਰ ਰਹੀਆਂ ਨੇ, ਔਰ ਉਸੇ ਦਿਨ ਇਹ ਫੈਸਲਾ ਆਉਂਦਾ ਹੈ ਜਿਸ ਦਿਨ ਇੱਕ ਕੇਂਦਰੀ ਮੰਤਰੀ ਆਪਣੀ ਕੁਰਸੀ ਛੱਡਦਾ ਉਸੇ ਦਿਨ ਇਸ ਤਰ੍ਹਾਂ ਦਾ ਫੈਸਲਾ ਪੰਜਾਬ ਸਰਕਾਰ ਦਾ ਆਉਂਦਾ ਹੈ ਜਿਹੜਾ ਔਰਤਾਂ ਨੂੰ ਐਮਪਾਵਰ ਕਰਨ ਦੀ ਗੱਲ ਕਰ ਰਿਹਾ। ਇਸ ਨੂੰ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ, ਛੋਟਾ ਜਿਹਾ ਬ੍ਰੇਕ ਲੈ ਰਹੇ, ਛੇਤੀ ਵਾਪਸ ਆ ਰਹੇ ਹਾਂ। ਪੰਜਾਬ ਕੈਬਨਿਟ ਦਾ ਫੈਸਲਾ ਹੈਗਾ ਉਸਦੇ ਨਾਲ ਸਿਆਸਤ ਵਿੱਚ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਕੀ ਬਦਲੇਗਾ, ਇਸ ਸਵਾਲ ਦਾ ਜਵਾਬ ਲੱਭਣ ਦੀ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ। ਜ਼ਮੀਨੀ ਪੱਧਰ 'ਤੇ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਬਹੁਤ ਕੁਛ ਬਦਲਾਅ ਆ ਸਕਦੇ ਨੇ, ਸਮਾਜਿਕ ਪੱਧਰ 'ਤੇ ਬਹੁਤ ਸਾਰੇ ਬਦਲਾਅ ਆ ਸਕਦੇ ਨੇ, ਔਰਤਾਂ ਦੀ ਮੁਸ਼ਕਲਾਂ ਨੂੰ ਸਮਝ ਸਕਦੀਆਂ ਨੇ, ਬਿਹਤਰ ਤਰੀਕੇ ਨਾਲ ਸਮਝ ਸਕਦੀਆਂ ਨੇ। ਪਰ ਉਹ ਸੁਸਾਇਟੀ ਜਿਸ ਦੇ ਵਿੱਚ ਹੈਸ਼ਟੈਗ ਮੀਟੂ ਕੈਂਪੇਨ ਦੇ ਰਾਹੀਂ ਹੁਣ ਜਿਹੜੀ 10-10 12-12 ਸਾਲ ਪੁਰਾਣੇ ਜਿਹੜੇ ਦੁਰਵਿਹਾਰ ਦੇ ਮਾਮਲੇ ਸੀਗੇ ਉਹ ਸਾਹਮਣੇ ਆ ਰਹੇ ਨੇ, ਉਸ ਸੋਸਾਇਟੀ ਦੇ ਵਿੱਚ ਉਸ ਸਮਾਜ ਦੇ ਵਿੱਚ ਡਾਕਟਰ ਗਰਗ, ਇਹ ਫੈਸਲਾ ਜਦੋਂ ਆਉਂਦਾ ਹੈ ਤਾਂ ਇਹ ਔਰਤਾਂ ਨੂੰ ਕਿੰਨਾ ਕੁ ਐਮਪਾਵਰ ਕਰਦਾ ਹੈ, ਕਿ ਵਾਕਈ ਉਹਨਾਂ ਐਮਪਾਵਰ ਕਰੇਗਾ ਕਿ ਅੱਗੇ ਤੋਂ ਭਵਿੱਖ ਵਿੱਚ ਐਟਲੀਸਟ ਸਾਨੂੰ ਹੈਸ਼ਟੈਗ ਮੀਟੂ ਕੈਂਪੇਨ ਦੀ ਲੋੜ ਨਹੀਂ ਪਵੇਗੀ। ਦੇਖੋ ਜਿਹੜੀ ਹੈਸ਼ਟੈਗ ਮੀਟੂ ਕੈਂਪੇਨ ਆ ਇਹ ਵੀ ਚੱਲ ਰਹੀ ਹੈ, ਉਹ ਚੱਲ ਰਹੀ ਹੈ ਮਿਡਲ ਕਲਾਸ ਅਪਰ ਮਿਡਲ ਕਲਾਸ ਦੀ, ਕਿਉਂਕਿ ਚੇਤਨ ਨੇ ਔਰਤਾਂ, ਇਹ ਠੀਕ ਹੈ ਕਿਸੇ ਪ੍ਰੈਸ਼ਰ 'ਚੋਂ ਬੋਲੀਆਂ ਨੇ, ਜਿਹੜੀਆਂ ਥੱਲੇ ਵਾਲੀਆਂ ਔਰਤਾਂ ਨੇ ਅਜੇ ਵੀ ਦਲਿਤ ਔਰਤਾਂ ਨੇ ਪਿੰਡਾਂ ਦੇ ਵਿੱਚ ਨੇ, ਕੁੜੀਆਂ ਨੇ ਪਿੰਡਾਂ ਦੀਆਂ ਪੜ੍ਹਨ ਜਾਂਦੀਆਂ, ਈਵਨ ਸਕੂਲਾਂ 'ਚ ਸੇਫ ਨਹੀਂ ਹੈਗੀਆਂ। ਪਰ ਜਦ ਇੱਕ ਔਰਤ 50% ਔਰਤਾਂ ਮੰਨੋਗੇ 46,000 ਵੋਮਨ ਪੰਚ ਸਰਪੰਚ ਚੁਣੀ ਜਾਣੀ ਹੈ ਪੰਜਾਬ 'ਚ, ਜੇ 46,000 12,000-13,000 ਪਿੰਡਾਂ ਦੇ ਵਿੱਚ ਹੋਏਗਾ, 4-4-5-5 ਹੋ ਗਏ, ਉਹ 4-5 ਦਾ ਪ੍ਰੈਸ਼ਰ ਹੋਏਗਾ। ਜੇ ਪਿੰਡ 'ਚ ਕਿਸੇ ਕੁੜੀ ਨਾਲ ਕੋਈ ਜਾਤੀ ਹੁੰਦੀ ਵੀ ਹੈ ਤਾਂ ਉਹਦੇ ਮਰਦਾਂ ਵਾਲਾ ਸਟੈਂਡ ਨਹੀਂ ਲਿਆ ਜਾਏਗਾ, ਕੁੜੀਆਂ ਵਾਲਾ ਔਰਤਾਂ ਵਾਲਾ ਲਿਆ ਜਾਏਗਾ। ਦੂਜਾ ਮੈਂ ਇੱਕ ਉਦਾਹਰਨ ਦਿੰਦਾ ਇਸ ਦੀ, ਇੱਕ ਵੱਡੀ ਹੋਰ ਚੇਂਜ ਆਏਗੀ ਪੰਜਾਬ ਦੇ ਵਿੱਚ, 16,606 ਪਰਿਵਾਰ ਪਹਿਲਾਂ ਸੀਗੇ, 2,000 ਹੋਰ ਹੋ ਗਏ ਨੇ, 18,000 ਪਰਿਵਾਰ ਨੇ ਖੁਦਕੁਸ਼ੀ ਪੀੜਤ, ਉਹਨਾਂ ਨੂੰ ਬੈਨੀਫਿਟ ਨਹੀਂ ਮਿਲੇ ਅੱਜ ਅਜੇ ਤੱਕ। ਉਹ ਸਾਰੀਆਂ ਔਰਤਾਂ ਨੇ ਘਰਾਂ 'ਚ, ਅਸੀਂ ਮੋਗੇ ਗਏ, ਬਠਿੰਡੇ ਗਏ, ਮਾਨਸਾ ਗਏ, ਬਰਨਾਲੇ ਗਏ, ਸੰਗਰੂਰ ਗਏ, ਪਟਿਆਲੇ ਗਏ, ਦੇਖਿਆ ਉਹ ਔਰਤਾਂ ਇੱਕ ਇੱਕ ਦੇ ਘਰ 'ਚ 2-2, 3-3 ਖੁਦਕੁਸ਼ੀਆਂ ਵੀ ਹੋਈਆਂ ਨੇ, ਘਰ 'ਚ ਕੋਈ ਮੇਲ ਮੈਂਬਰ ਹੀ ਨਹੀਂ ਹੈ, ਬੱਚਿਆਂ ਨੂੰ ਪੜ੍ਹਨੋਂ ਹਟਣਾ ਪੈ ਰਿਹਾ ਕੁੜੀਆਂ ਨੂੰ ਖਾਸ ਕਰਕੇ। ਇਹਦੇ ਨਾਲ ਇਹ ਫਰਕ ਪੈ ਗਿਆ ਕਿ ਜਿਹੜੀਆਂ ਔਰਤਾਂ ਚੁਣੀਆਂ ਗਈਆਂ ਰਹਿੰਦੀਆਂ ਤਾਂ ਬਹੁਤੀਆਂ ਘਰਾਂ 'ਚ ਹੋਣਗੀਆਂ, ਉਹ ਅਵੇਲੇਬਲ ਨੇ, ਉਹਨਾਂ ਕੋਲ ਔਰਤ ਜਾ ਕੇ ਆਪਣੀ ਦੁੱਖੜਾ ਦੱਸ ਸਕਦੀ ਹੈ ਵੀ ਮੈਂ ਰੋਣੀ ਹਾਂ,
ਅਕਾਲੀ ਦਲ ਹੋਵੇ ਜਦੋਂ ਸੂਬਾਈ ਪੱਧਰ ਦੀ ਸਿਆਸਤ ਦੀ ਗੱਲ ਆਉਂਦੀ ਹੈ ਔਰਤਾਂ ਨੂੰ ਬਹੁਤੇ ਜ਼ਿਆਦਾ ਵੱਡੇ ਮੌਕੇ ਜੇ ਵੱਡੇ ਮੌਕਿਆਂ ਦੀ ਮੈਂ ਗੱਲ ਕਰ ਰਿਹਾ ਕਾਂਗਰਸ ਦੇ ਰਾਜ ਵਿੱਚ ਇਹ ਗੱਲ ਜ਼ਰੂਰ ਹੈ ਕਿ ਪਹਿਲੀ ਮਹਿਲਾ ਮੁੱਖ ਮੰਤਰੀ ਜਿਹੜੀ ਹੈਗੀ ਪੰਜਾਬ ਨੂੰ ਕਾਂਗਰਸ ਨੇ ਦਿੱਤੀ ਪਰ ਉਸ ਤੋਂ ਬਾਅਦ ਵੀ ਨਹੀਂ ਔਰ ਉਸ ਤੋਂ ਪਹਿਲਾਂ ਵੀ ਨਹੀਂ ਕੋਈ ਅਜਿਹਾ ਵੱਡਾ ਸਟੈਪ ਨਜ਼ਰ ਨਹੀਂ ਆਉਂਦਾ ਫਿਰ ਇਸ ਸਟੈਪ ਤੇ ਕਿਸ ਤਰੀਕੇ ਨਾਲ ਅਸੀਂ ਯਕੀਨ ਕਰੀਏ ਕਿ ਕਿੰਨਾ ਅਸਰਦਾਰ ਤਰੀਕੇ ਨਾਲ ਤੁਸੀਂ ਲਾਗੂ ਕਰੋਗੇ ਉਹਦਾ ਕਾਰਨ ਹੈ ਜੀ ਮੈਂ ਤਾਂ ਕਹਿੰਦਾ ਵੀ ਬੇਸਿਕ ਇਸ ਅਦਾਰਿਆਂ ਬਾਰੇ ਜਿਹੜੀ ਪਹੁੰਚ ਹੈ ਕਾਂਗਰਸ ਪਾਰਟੀ ਦੀ ਚਾਹੇ 1994 ਦੀ ਸੰਸ਼ੋਧਨ ਦੇਖ ਲਓ ਚਾਹੇ ਇਹ ਫੈਸਲਾ ਦੇਖ ਲਓ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਲਿਆ ਉਹ 29 ਡਿਪਾਰਟਮੈਂਟ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਦੇਣ ਦਾ ਉਹ ਦੇਖ ਲਓ ਜਿਹੜਾ ਅਕਾਲੀ ਦਲ ਨੇ ਆਉਂਦਿਆਂ ਹੀ ਵਾਪਸ ਕਰਤਾ ਉੱਥੋਂ ਖੋਲਿਆ ਮਤਲਬ ਉਹਨਾਂ ਤੋਂ ਹਾਲਾਂਕਿ ਇਹ ਇਹ ਪੇਂਡੂ ਏਰੀਏ ਦੇ ਆਪਣੇ ਆਪ ਨੂੰ ਪ੍ਰਤੀਨਿਧ ਦਾ ਬਹੁਤ ਵੱਡਾ ਦਾਅਵਾ ਕਰਦੇ ਸੀ ਇਹਦੇ ਨਾਲ ਇਹ ਔਰਤਾਂ ਦੀ ਇੱਕ ਤਾਂ ਸਮਾਜਿਕ ਰੁਤਬੇ ਨੂੰ ਵਧਾਊਗਾ ਇਹ ਫੈਸਲਾ ਨੰਬਰ 1 ਦੂਜੀ ਗੱਲ ਹੈ ਕਿ ਮੈਂ ਕੁਝ ਗੱਲਾਂ 'ਚ ਹੈ ਜਿਵੇਂ ਫਾਰ ਐਗਜ਼ਾਮਪਲ ਰਾਤ ਨੂੰ ਪੁਲਿਸ ਦੇ ਨਹੀਂ ਜਾ ਸਕਦੀ ਔਰਤ ਜਿਵੇਂ ਇਹਨਾਂ ਨੇ ਕਚਹਿਰੀਆਂ ਵਾਲੀ ਗੱਲ ਕੀਤੀ ਹੈ ਇਹੋ ਜਿਹੇ ਕੁਛ ਹੈ ਅਦਾਰੇ ਪਰ ਮੋਟੇ ਤੌਰ 'ਤੇ ਜਿਹੜੀ ਪੇਂਡੂ ਸਰਗਰਮੀ ਹੈ ਡੇ ਟੂ ਡੇ ਦੀ ਰੋਜ਼ਮਰਾ ਦੀ ਉਹਦੇ 'ਚ ਖਾਸ ਤੌਰ 'ਤੇ ਕਈ ਸਰਪੰਚ ਇਹਨਾਂ ਦੇ ਕੇ ਮੇਲ ਡੋਮੀਨੇਟ ਵੀ ਆਹ ਮਨਰੇਗਾ ਦਾ 4300 ਕਰੋੜ ਰੁਪਈਆ ਵਾਪਸ ਕਰਤਾ ਜਿਹੜਾ ਵਰਤਿਆ ਹੀ ਨਹੀਂ ਜਦੋਂ ਕਿ 60% ਉਹਦੇ ਐਕਟ ਮੁਤਾਬਕ ਹੈ ਕਿ ਤੁਸੀਂ ਐਗਰੀਕਲਚਰ 'ਤੇ ਵਰਤ ਸਕਦੇ ਹੈ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਇੱਕ MLA ਨੇ ਉਹਨੂੰ ਵਰਤਿਆ ਆਲੀ ਨੇ ਉਹਨੇ ਬਹੁਤ ਸੋਹਣੇ ਪਾਰਕ ਆਪਦੇ ਏਰੀਏ ਦੇ ਵਿੱਚ ਬਣਾਏ ਉਹ ਮਨਰੇਗਾ ਦੇ ਨਾਲ ਬਾਕੀ ਕਿਸੇ ਨੇ ਵਰਤਿਆ ਹੀ ਨਹੀਂ ਕਿ ਮੋੜ ਤਾਂ ਪੈਸਾ ਇਸ ਤਰੀਕੇ ਨਾਲ ਉਹ ਔਰਤ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਹੈ ਕਿ ਉਹਦੇ ਸਾਹਮਣੇ ਜਿਹੜੀਆਂ ਗਰੀਬ ਔਰਤਾਂ ਫਿਰਦੀਆਂ ਉਹਨਾਂ ਦੇ ਕਾਰਡ ਬਣਾਊਗੀ ਉਹਨਾਂ ਦੇ ਬੱਚਿਆਂ ਪ੍ਰਤੀ ਹਮਦਰਦੀ ਰੱਖੂਗੀ ਜਿਹੜੀ ਐਜੂਕੇਸ਼ਨ ਹੈ ਪਿੰਡ ਪੱਧਰ 'ਤੇ ਹੋ ਰਹੀ ਉਹਦੇ ਵਿੱਚ ਉਹ ਪਾਰਟੀਸਪੇਟ ਕਰੂਗੀ ਇਹਦੇ ਨਾਲ ਉਹਦੀ ਆਪਦੀ ਗਰੋਥ ਵੀ ਹੋਊਗੀ ਉਹਦੀ ਫੈਮਿਲੀ ਦੀ ਗਰੋਥ ਵੀ ਹੋਊਗੀ ਸਾਈਕੋਲੋਜੀਕਲ ਮੇਰਾ ਸਵਾਲ ਇਹ ਹੈ ਠੀਕ ਹੈ ਸਾਰੀ ਔਰਤ ਕਰੇਗੀ ਪਰ ਤੁਹਾਡੀ ਪਾਰਟੀ ਦੀ ਸਰਕਾਰ ਹੈ ਉਹ ਪਾਰਟੀ ਜਿਹੜੀ ਆਪਣੇ ਪੱਧਰ 'ਤੇ ਸੂਬਾਈ ਪੱਧਰ ਦੇ ਰਾਜ ਵਿੱਚ ਸਿਰਫ ਇੱਕ ਮਹਿਲਾ CM ਦਿੰਦੀ ਉਸ ਤੋਂ ਬਾਅਦ ਕੋਈ ਵੱਡਾ ਅਹੁਦਾ ਜਿਹੜਾ ਹੈਗਾ ਸਾਡੀ ਤਾਂ ਮਹਿਲਾ ਚਿਹਰਿਆਂ ਨੂੰ ਨਹੀਂ ਮਿਲਦਾ ਸੂਬਾਈ ਪੱਧਰ 'ਤੇ ਸਾਡੀ ਤਾਂ ਆਲ ਇੰਡੀਆ ਦੀ ਪ੍ਰੈਜ਼ੀਡੈਂਟ ਵੀ ਰਹੀ ਹੈ ਸ਼੍ਰੀਮਤੀ ਸੋਨੀਆ ਗਾਂਧੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਵੀ ਸ਼੍ਰੀਮਤੀ ਇੰਦਰਾ ਗਾਂਧੀ ਰਹੀ ਗਾਂਧੀ ਪਰਿਵਾਰ ਜਦੋਂ ਉਹਨਾਂ ਦਾ ਇੰਡੀਅਨ ਫਰੀਡਮ ਮੂਵਮੈਂਟ 'ਚ ਰੋਲ ਹੀ ਇੰਨਾ ਵੱਡਾ ਹੈ ਪਾਰਟੀ ਨੂੰ ਕੋਈ ਇਤਰਾਜ਼ ਉਸ ਤੋਂ ਗਾਂ ਨਹੀਂ ਜਾਂਦੇ ਉਸ ਤੋਂ ਗਾਂ ਨਹੀਂ ਤੁਰਿਆ ਜਾਂਦਾ ਉਸ ਉੱਥੇ ਜਾ ਕੇ ਸਿਮਟ ਹੋ ਜਾਂਦੇ ਸਰੋਜ ਨਹੀਂ ਨਾਡੂ ਰਹੇ ਹੈ ਵਿਜੇ ਲక్ష్ਮੀ ਰਹੇ ਹੈ ਬਹੁਤ ਠੀਕ ਹੈ ਉਹ ਇੱਕ ਵਕਤ ਹੈ ਉਸ ਤੋਂ ਅੱਗੇ ਨੰਦਨੀ ਸਤਪਤੀ ਰਹੇ ਹੈ ਮੈਂ ਇਸ ਵਾਰ ਤਾਂ ਨਹੀਂ ਸਾਬੀ ਤੁਹਾਡੇ ਕੋਲ ਵੀ ਆਂਦਾ ਇਸ ਵਾਰ ਜਦੋਂ SGPC ਦੀ ਚੋਣ ਦੀ ਗੱਲ ਆਉਂਦੀ ਹੈ ਨੈਸ਼ਨਲ ਲੈਵਲ ਪਹਿਲੀ ਮਹਿਲਾ ਪ੍ਰਧਾਨ ਜਿਹੜੀ ਹੈਗੀ ਹੈ SGPC ਨੂੰ ਦਿੱਤੀ ਪਹਿਲੀ ਤੇ ਆਖਰੀ ਹਾਲਾਂਕਿ ਜ਼ਿਆਦਾਤਰ ਰਾਜ ਤੁਹਾਡੇ ਹੀ ਰਿਹਾ ਫਿਰ ਤੁਹਾਡੇ ਵਰਗੀ ਪਾਰਟੀਆਂ ਦੀ ਭੂਮਿਕਾ ਨੂੰ ਅਸੀਂ ਕਿਵੇਂ ਦੇਖੀਏ ਜਦੋਂ ਅਸੀਂ ਇਹ ਗੱਲ ਕਹਿੰਦੇ ਕਿ ਮਹਿਲਾਵਾਂ ਨੂੰ ਸਰਪੰਚ ਲਾਇਆ ਜਾਵੇਗਾ ਜਿਹੜਾ ਵੱਡੇ ਚੇਅਰਮੈਨ ਨਹੀਂ ਦੇ ਅਹੁਦੇ ਦਿੱਤੇ ਜਾਣਗੇ ਉਹ ਕਿੰਨੀ ਆਜ਼ਾਦੀ ਨਾਲ ਕੰਮ ਕਰ ਲੈਣਗੀਆਂ ਤੁਹਾਡੇ ਰਾਜ ਵਿੱਚ ਦੇਖੋ ਮੈਂ ਨਾ ਇਸ ਗੱਲ 'ਤੇ ਥੋੜ੍ਹਾ ਜਿਹਾ ਡਿਫਰ ਕਰਦਾ ਕਿਉਂਕਿ ਮੇਰਾ ਮਾਇੰਡ ਨਾ ਕਿਤੇ ਅਕਾਲੀ ਦਲ ਨਾਲ ਵੀ ਅਲੱਗ ਨਾ ਐਡਵੋਕੇਟ ਵਾਲਾ ਜ਼ਿਆਦਾ ਹੈਗਾ ਜੀ ਮੈਂ ਦੇਖੋ ਮੈਂ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜਿੱਥੇ ਤੱਕ ਪ੍ਰੈਕਟੀਕਲਟੀ ਦੀ ਗੱਲ ਹੈਗੀ ਆ ਜਿੱਥੋਂ ਤੱਕ ਮੈਂ ਹਰ ਰੋਜ਼ ਮਤਲਬ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜਾ ਵਿਚਰਦਾ ਹੈਗਾ ਉਸ ਦੇ ਨਾਲ ਇਹ ਪ੍ਰੈਕਟੀਕਲ ਗੱਲਾਂ ਬਹੁਤ ਘੱਟ ਹੈਗੀਆਂ ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਸਾਡੇ ਕੋਈ ਲੇਡੀ ਆ ਕੇ ਬਹਿ ਜਾਂਦੀ ਹੈ ਵਿਚਾਰੀ ਤੇ ਉਹ ਆਉਂਦੀ ਹੈ ਗਵਾਹੀ ਪਾਉਣ ਲਈ ਉਹ ਕਈ ਵਾਰ ਉਹ ਆਉਂਦੀ ਔਰ ਉਹਦਾ ਹਸਬੈਂਡ ਬੈਠਾ ਹੁੰਦਾ ਬਈ ਅਸੀਂ ਪੁੱਛੂਗੇ ਤੂੰ ਬਈ ਮੈਂ ਜੀ ਲੇਡੀ ਪੰਚ ਹੈ ਤੁਸੀਂ ਹੈਰਾਨ ਰਹਿ ਜਾਓਗੇ ਮੈਂ ਲੇਡੀ ਪੰਚ ਹੈ ਜੀ ਔਰ ਸਾਡਾ ਜਿਹੜਾ ਸਮਾਜ ਹੈਗਾ ਆਮ ਤੌਰ ਤੇ ਦੇਖੋ ਹਰ ਔਰਤ ਜਿਹੜੀ ਹੈਗੀ ਹੈ ਉਹ ਨੌਕਰੀ ਪੇਸ਼ਾ ਨਹੀਂ ਹੈਗੀ ਜਿਹੜੀ ਨੌਕਰੀ ਪੇਸ਼ਾ ਹੈਗੀ ਆ ਉਹ ਇਸ ਪਾਸੇ ਨਹੀਂ ਆ ਸਕਦੀ ਜਿਹੜੀ ਨੌਕਰੀ ਪੇਸ਼ਾ ਹੈ ਨਹੀਂ ਉਹ ਸਰਪੰਚੀ ਚ ਪੰਚੀ ਚ ਆ ਇਸ ਪਾਸੇ ਆਊਗੀ ਉਸ ਦੀ ਆਪਣੀ ਲਾਈਫ ਵੀ ਹੈਗੀ ਆ ਉਹਦੀ ਜ਼ਿੰਦਗੀ ਵੀ ਹੈਗੀ ਆ ਔਰ ਨੰਬਰ 2 ਦੇਖੋ 90% ਤੋਂ 95% ਜਿਹੜੇ ਕੰਮ ਹੈਗੇ ਪਿੰਡ ਦਾ ਕੋਈ ਕੰਮ ਨਹੀਂ ਹੈਗਾ ਜਿੱਥੇ ਜਾ ਕੇ ਔਰਤ ਕੋਈ ਮਿੱਟੀ ਪਵਾ ਦੇਊਗੀ ਜਾਂ ਫਾਰਮ ਭਰ ਦੇਊਗੀ ਜਾਂ ਕੁਛ ਕਰ ਦੇਊਗੀ ਇਹ ਸਾਰੀ ਦੀ ਸਾਰੀ ਗੱਲ ਹੈਗੀ ਹੈ ਜਿਹੜੀ ਜਾ ਕੇ ਕਚਹਿਰੀਆਂ ਦੇ ਵਿੱਚ ਮੁੱਕਣੀ ਹੈ ਕੋਰਟ ਕਚਹਿਰੀਆਂ ਦੇ ਵਿੱਚ ਹੁਣ ਜਿਹੜੀ ਲੇਡੀ ਸਾਜਰੇ ਇਹ ਸਵੇਰੇ ਤੁਰ ਪੈਂਦੀ ਆ ਸ਼ਾਮ ਦੇ 5 ਵਜੇ ਤੱਕ ਉਹਦਾ ਘਰ ਰੁਲ ਜੂਗਾ ਦੇਖੋ ਮੈਂ ਇਹ ਗੱਲਾਂ ਦੇ ਨਾਲ ਬਿਲਕੁਲ ਇਹ ਹੈ ਕਿ ਇਹਨੂੰ ਅਪਲਿਫਟ ਕਰਨਾ ਚਾਹੀਦਾ ਲੇਡੀਜ਼ ਨੂੰ ਬਹੁਤ ਜ਼ਰੂਰੀ ਹੈਗਾ ਇਹ ਅਪਲਿਫਟ ਕਰਨਾ ਬਟ ਕਿਤੇ ਨਾ ਕਿਤੇ ਮੈਂ ਇਹ ਤੇ ਡਿਫਰ ਕਰਦਾ ਟੋਟਲੀ ਵੀ ਇਹ ਸਾਰਾ ਕੁਛ ਜਿਹੜਾ ਹੈਗਾ ਕਾਬਲੀਅਤ ਦੇ ਆਧਾਰ 'ਤੇ ਹੋਣਾ ਚਾਹੀਦਾ ਜਿਹੜੇ ਕਾਬਲ ਲੋਕ ਹੋਣ ਉਹਨਾਂ ਨੂੰ
ਹੁਣ ਦੇਖੋ ਕਈ ਪਿੰਡਾਂ ਦੇ ਵਿੱਚ ਕੀ ਕਰਦੇ ਆ, ਰਿਜ਼ਰਵ ਹਰੀਜਨ ਜਿਹੜਾ ਹੈਗਾ ਸਰਪੰਚ ਹੈ ਜਿਹੜਾ ਬਣ ਜਾਂਦਾ ਜਾਂ ਕੋਈ ਹੋਰ ਬਣ, ਉਹ ਇੰਨਾ ਗੁੱਠਾ ਜਾਪ ਹੁੰਦਾ ਵਿਚਾਰਾ, ਪਰ ਉਹ ਜਦੋਂ ਉਹ ਜਲੂਸ ਨਿਕਲਦਾ ਕਚਹਿਰੀਆਂ ਦੇ ਵਿੱਚ ਡੀਸੀ ਦੇ ਸਾਹਮਣੇ, ਉਹਨਾਂ ਨੂੰ ਉਹੀ ਜਿਹੀ ਇੱਜ਼ਤ ਮਿਲਦੀ ਆ ਉੱਥੇ ਜਾ ਕੇ, ਉਹ ਪੁਲਿਸ ਕੋਲ ਪੇਸ਼ ਨਹੀਂ ਹੋ ਸਕਦੇ, ਉਹਨੂੰ ਥਾਣੇਦਾਰ ਹੈ ਜਿਹੜਾ ਉਹ ਚੱਜ ਨਾਲ ਉਹਦੇ ਨਾਲ ਗੱਲ ਨਹੀਂ ਕਰਦਾ। ਬੇਸਿਕ ਬੇਸਿਕ ਮੇਰਾ ਮਤਲਬ ਇਹ ਹੈਗਾ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਪ੍ਰੈਕਟੀਕੈਲਿਟੀ ਜ਼ਰੂਰ ਦੇਖਣੀ ਚਾਹੀਦੀ ਆ। ਮਦਨਦੀਪ, ਇਹ ਪ੍ਰੈਕਟੀਕੈਲਿਟੀ ਕਦੋਂ ਬਣੇਗੀ, ਕਿਵੇਂ ਬਣੇਗੀ? ਮੈਨੂੰ ਇਹਨਾਂ ਦੀਆਂ ਗੱਲਾਂ 'ਤੇ ਅਫਸੋਸ ਹੋ ਰਿਹਾ, ਮੈਨੂੰ ਕੋਈ ਬਹੁਤੀਆਂ ਗੱਲਾਂ ਇਹਨਾਂ 'ਤੇ ਚੰਗੀਆਂ ਨਹੀਂ ਲੱਗ ਰਹੀਆਂ, ਪੜ੍ਹੇ ਲਿਖੇ ਬੰਦੇ ਆ, ਚੰਡੀਗੜ੍ਹ 'ਚ ਰਹਿੰਦੇ ਆ, ਇਹਦਾ ਮਤਲਬ ਇਹ ਹੋ ਗਿਆ ਵੀ ਔਰਤ ਨੂੰ ਤਾਂ ਅੱਗੇ ਲਿਆਉਣ ਦੀ ਲੋੜ ਹੀ ਹੈ ਨਹੀਂ। ਮਤਲਬ ਜਿਹੜੀ ਔਰਤ ਦੱਬੀ ਹੋਈ ਹੈ, ਦੇਖੋ ਮੈਂ ਇਹ ਨਹੀਂ ਕਿਹਾ, ਮੈਂ ਕਹਿੰਦਾ ਵੀ ਕਾਬਲੀਅਤ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜੀ ਪਹਿਲਾਂ ਦੱਬੀ ਹੋਈ ਹੈ, ਜਿਹਦੀਆਂ ਇਹ ਗੱਲਾਂ ਸੁਣਾ ਰਹੇ ਆ ਦਲਿਤ ਪਰਿਵਾਰਾਂ ਦੀਆਂ ਜਾਂ ਅਨਪੜ੍ਹ ਜਾਂ ਜਿਹੜੇ ਵੀ ਹੈ, ਇਹਦਾ ਮਤਲਬ ਉਹਨਾਂ ਨੂੰ ਉੱਥੇ ਰਹਿਣਾ ਚਾਹੀਦਾ ਆ, ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਣਾ ਚਾਹੀਦਾ। ਜਿੱਥੋਂ ਤੱਕ ਇਹ ਗੱਲਾਂ ਕਰਦੇ ਆ ਨਾ ਵੀ ਆ ਪੁਲਿਸ ਕਚਹਿਰੀਆਂ ਵਜਾਉਣਾ ਔਰਤ ਲਈ ਔਖਾ ਹੈ ਜੀ, ਉਹਨਾਂ ਦਾ ਸਾਹਮਣਾ ਕਰਨਾ ਔਖਾ ਜੀ, ਉਹਨਾਂ ਦੇ ਘਰ ਰੋਲ ਜਾਣਗੇ ਜੀ, ਇਹ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਔਰਤ ਨੂੰ ਦਬਾ ਕੇ ਰੱਖਣ ਵਾਸਤੇ ਬਹਾਨੇ ਆ। ਅਦਰਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਅਮੈਰੀਕਾ ਵਰਗੇ ਦੇਸ਼ ਦੇ ਵਿੱਚ ਵੀ ਔਰਤਾਂ ਕੋਈ ਬਹੁਤ ਬਹੁਤ ਜ਼ਿਆਦਾ ਉਹ ਵੀ ਉੱਥੇ ਸੁਖੀ ਨਹੀਂ ਹੈਗੀਆਂ, ਉਹਨਾਂ ਨਾਲ ਵੀ ਜਾਤੀ ਹੁੰਦੀ ਹੈ। ਅੱਜ ਜਾਂ ਕੱਲ੍ਹ ਇੱਕ ਬਿਆਨ ਆਇਆ ਸੀ ਜਿਹੜੀ #MeToo ਜਿਹੜੀ ਮੈਵੀਆਂ ਦੀ ਜਿਹੜੀ ਮੂਵਮੈਂਟ ਚੱਲੀ ਹੋਈ ਹੈ, ਉਹਦੇ 'ਚ ਟੌਮ ਕਰੂਜ਼ ਜਿਹੜਾ ਇਸ ਵੇਲੇ ਦੁਨੀਆ ਦਾ ਮੰਨਿਆ ਪਰਮੰਨਾ ਐਕਟਰ ਆ, ਉਹਦੀ ਵਾਈਫ ਬਿਆਨ ਦੇ ਰਹੀ ਹੈ ਕਿ ਜੇ ਮੈਂ ਟੌਮ ਕਰੂਜ਼ ਨਾਲ ਵਿਆਹ ਨਾ ਕਰਾਉਂਦੀ ਤਾਂ ਮੇਰੀ ਹਾਲਤ ਵੀ ਇੱਦਾਂ ਹੀ ਹੋਣੀ ਸੀ ਜਿਵੇਂ ਆਮ ਔਰਤਾਂ ਦੀ ਹੋ ਰਹੀ ਹੈ, ਕਿਉਂਕਿ ਟੌਮ ਕਰੂਜ਼ ਜਿਹੜਾ ਹੈਗਾ ਪਾਵਰਫੁਲ ਬੰਦਾ ਸੀਗਾ, ਇਸ ਕਰਕੇ ਉਹਦੇ ਜਿਸਮਾਨੀ ਸ਼ੋਸ਼ਣ ਤੋਂ ਬਚੀ ਰਹੀ ਉਹ ਖੁਦ ਬਿਆਨ ਦੇ ਰਹੀ ਹੈ। ਅਮੈਰੀਕਾ ਦੀ ਲੇਡੀ ਉਹ, ਹਰੇਕ ਦੇਸ਼ ਦੇ ਵਿੱਚ ਔਰਤ, ਕਿਉਂਕਿ ਔਰਤ ਦਾ ਜਿਹੜਾ ਹੈਗਾ ਉਹ ਮੇਲ ਲਈ ਮਤਲਬ ਸਵਾਲ ਇਹ ਵੀ ਹੈ ਨਾ ਕਿ ਇਹ ਮਾਹੌਲ ਔਖਾ ਹੈਗਾ ਤਾਂ ਔਖਾ ਬਣਾਉਣ ਵਾਲਾ ਕੌਣ ਹੈ? ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਔਰਤਾਂ ਨੂੰ ਪ੍ਰਤੀਨਿਧਤਾ ਨਾ ਦਿਓ, ਠੀਕ ਹੈ, ਤੁਸੀਂ ਇਹ ਕਹੋ ਕਿ ਜੀ ਉਹਦਾ ਤਾਂ ਘਰ ਵਾਲਾ ਕੰਮ ਕਰੇਗਾ, ਠੀਕ ਹੈ, ਇਹ ਸਮੱਸਿਆਵਾਂ ਸਾਡੇ ਸਮਾਜ 'ਚ ਹੈਗੀਆਂ, ਮਰਦ ਪ੍ਰਧਾਨ ਆ, ਮਰਦ ਤਾਂ ਮਤਲਬ ਕਿ ਜੇ ਔਰਤ ਨੂੰ ਬਹਾਨੇ ਨਾਲ ਰਿਜ਼ਰਵੇਸ਼ਨ ਮਿਲ ਗਈ ਹੈ ਤਾਂ ਉੱਥੇ ਬੰਦੇ ਨੂੰ ਲੱਗਦਾ ਵੀ ਮੇਰੀ ਸੱਤਾ ਆ ਗਈ, ਠੀਕ ਹੈ ਨਾ। ਪਰ ਮੈਂ ਡਾਕਟਰ ਸਾਹਿਬ ਨਾਲ 100% ਸਹਿਮਤ ਹੈਗਾ ਹਾਂ, ਇਹਦੇ ਨਾਲ ਬਹੁਤ ਵੱਡਾ ਫਰਕ ਪਊਗਾ, ਇਹਦੇ ਨਾਲ ਔਰਤ ਜਿਹੜੀ ਹੈਗੀ ਹੈ ਉਹ ਸਿਆਸੀ ਇੰਪਾਵਰਮੈਂਟ ਹੋਏਗੀ ਔਰ ਉਹਨੂੰ ਤਾਕਤਵਰ ਕਰਨਾ ਇਸ ਵੇਲੇ ਬਹੁਤ ਜ਼ਰੂਰੀ ਹੈ। ਬੇਸ਼ੱਕ ਕਿਸੇ ਵੀ ਐ ਨਹੀਂ ਕਿ ਔਰਤ ਆਪਣੇ ਘਰ ਵਾਲੇ ਨੂੰ ਅੱਖਾਂ ਨਹੀਂ ਦਿਖਾਉਂਦੀ, ਜੇ ਉਹ ਘਰ ਦੇ ਕੰਮਾਂ ਵਿੱਚ ਕਿਤੇ ਉਹਨੂੰ ਗਲਤ ਲੱਗਦਾ ਬੰਦਾ, ਉਹ ਖੜੀ ਹੋ ਜਾਂਦੀ ਉਹਦੇ ਖਿਲਾਫ, ਅਤੇ ਜਿੱਦਣ ਉਹਨੂੰ ਇਹ ਜਾਗਰਤੀ ਆ ਗਈ ਕਿ ਸਰਪੰਚ ਤਾਂ ਮੈਂ ਹਾਂ ਵੀ ਇਹ ਮਤਲਬ ਮੈਨੂੰ ਅੱਗੇ ਨਹੀਂ ਆਉਣ ਦਿੰਦਾ, ਉਹਦੇ ਅੰਦਰ ਇੱਕ ਇਸ ਤਰ੍ਹਾਂ ਦੀ ਚਿੰਤਾ ਤਾਂ ਪੈਦਾ ਹੋਊਗੀ। ਔਰ ਮੈਂ ਬਿਲਕੁਲ ਜਿਹੜੀਆਂ ਇਹ ਗੱਲਾਂ ਐਡਵੋਕੇਟ ਸਾਹਿਬ ਕਰ ਰਹੇ ਆ, ਮੈਂ ਇਹਨਾਂ ਨਾਲ ਬਿਲਕੁਲ ਇਤਫਾਕ ਨਹੀਂ ਰੱਖਦਾ, ਬਿਲਕੁਲ ਸਹਿਮਤ ਨਹੀਂ ਹੈਗਾ। ਚਲੋ ਇੱਕ ਛੋਟੇ ਬ੍ਰੇਕ ਮੈਂ ਇੱਥੇ ਲੈ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਔਰਤਾਂ ਲਈ ਫਿਲਹਾਲ ਮਾਹੌਲ ਔਖਾ ਹੈ, ਜਿਹੜੀ ਗੱਲ ਐਡਵੋਕੇਟ ਧਾਰਨੀ ਕਰ ਰਹੇ ਨੇ ਕਿ ਹਜੇ ਮਾਹੌਲ ਜਿਹੜਾ ਹੈਗਾ ਉਹਨਾਂ ਸੁਖਾਲਾ ਨਹੀਂ ਹੈਗਾ, ਤਾਂ ਇਸ ਮਾਹੌਲ ਨੂੰ ਔਖਾ ਬਣਾਉਣ ਵਾਲੇ ਕੌਣ ਨੇ? ਉਹਨਾਂ ਨੂੰ ਕਿਉਂ ਆਪਣੀ ਸੋਚ ਨਹੀਂ ਬਦਲਣੀ ਪੈ ਰਹੀ? ਉਹ ਕਿਉਂ ਨਹੀਂ ਆਪਣੀ ਸੋਚ ਬਦਲਦੇ? ਅਸੀਂ ਇਹ ਕਿਉਂ ਐਕਸਪੈਕਟ ਕਰੀਏ ਕਿ ਹਰ ਵਾਰ ਔਰਤਾਂ ਨੂੰ ਪਿੱਛੇ ਰੱਖ ਕੇ ਉਹ ਸਾਰਾ ਮਾਹੌਲ ਚੇਂਜ ਹੋ ਜਾਵੇਗਾ? ਇੱਕ ਛੋਟਾ ਜਿਹਾ ਬ੍ਰੇਕ, ਛੇਤੀ ਵਾਪਸ ਆ ਰਹੇ ਹਾਂ। ਪੰਜਾਬ ਕੈਬਨਿਟ ਦੇ ਇਸ ਫੈਸਲੇ ਦੇ ਨਾਲ ਸਿਆਸਤ ਵਿੱਚ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਕੀ ਬਦਲੇਗਾ? ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਮਾਹੌਲ ਜਿਹੜਾ ਹੈਗਾ ਉਹ ਸੁਖਾਲਾ ਨਹੀਂ ਹੈਗਾ, ਪਰ ਇਹ ਸੁਖਾਲੇ ਮਾਹੌਲ ਨੂੰ ਸੁਖਾਲਾ ਕਿਵੇਂ ਬਣਾਇਆ ਜਾਵੇ? ਕੀ ਸਿਰਫ ਔਰਤਾਂ ਨੂੰ ਪਿੱਛੇ ਰੱਖ ਕੇ ਜਾਂ ਔਰਤਾਂ ਨੂੰ ਮੌਕੇ ਨਾ ਦੇ ਕੇ ਇਹ ਸੁਖਾਲਾ ਬਣ ਜਾਵੇਗਾ, ਜਾਂ ਇਹ ਜਿਹੜਾ ਸੂਟੇਬਲ ਹੈਗਾ ਸਮਾਜ ਜਿਹੜਾ ਮਰਦਾਂ ਲਈ ਸੂਟੇਬਲ ਹੈਗਾ ਇਹ ਔਰਤਾਂ ਲਈ ਵੀ ਸੂਟੇਬਲ ਬਣ ਜਾਵੇਗਾ? ਐਡਵੋਕੇਟ ਧਾਰਨੀ ਕੁਝ ਕਹਿਣਾ ਚਾਹ ਰਹੇ ਸੀ, ਆਪਣੀ ਗੱਲ ਵਿੱਚ ਕੁਝ ਸ਼ਾਮਿਲ ਕਰਨਾ ਚਾਹ ਰਹੇ? ਮੈਂ ਮਦਨਦੀਪ ਜੀ ਨੇ ਬਿਲਕੁਲ ਟੋਟਲੀ ਇਹਨੂੰ ਅਗੇਂਸਟ ਲੈ ਲਿਆ ਮੇਰੇ, ਮੈਂ ਇਹ ਮੇਰਾ ਵਿਚਾਰ ਨਹੀਂ ਹੈਗਾ ਕਿ ਮੈਂ ਇਸ ਦੇ ਅਗੇਂਸਟ ਹੈਗਾ, ਮੈਂ ਬਿਲਕੁਲ ਇਸ ਦੇ ਹੱਕ ਦੇ ਵਿੱਚ ਹੈਗਾ। ਮੈਂ ਪਹਿਲਾਂ ਵੀ ਤੁਹਾਨੂੰ ਰਿਕੁਐਸਟ ਕਰਕੇ ਕਹੀ ਸੀ ਕਿ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਐਜ਼ ਏ ਵਕੀਲ ਮੈਂ ਜਿਹੜਾ ਸਾਰਾ ਕੁਝ ਤੁਹਾਨੂੰ ਦੱਸ ਰਿਹਾ ਜੋ ਪ੍ਰੈਕਟੀਕਲੀ ਰੋਜ਼ ਦੀਆਂ ਰੋਜ਼ਮਰਾ ਦੇ ਵਿੱਚ ਪ੍ਰੋਬਲਮ ਆਉਣੀ ਹੈ, ਮੈਂ ਉਹਨਾਂ ਦੀ ਗੱਲ ਦੱਸੀ ਹੈ ਵੀ ਇਸ ਨੂੰ ਦੂਰ ਕਰਨ ਵਾਸਤੇ। ਦੇਖੋ ਮੈਂ ਤੁਹਾਨੂੰ ਇਹ ਦੱਸਦਾ ਕਿ ਪਿੰਡ ਦੀ ਸਿਰਜਣਾ ਜਿਹੜੀ ਹੈਗੀ ਹੈ ਸਾਡੀ ਸਭ ਤੋਂ ਛੋਟੀ ਇਕਾਈ ਹੈਗੀ ਹੈ, ਇਸ ਦੀ ਸਿਰਜਣਾ ਵਾਸਤੇ ਇਹਦਾ ਜਿਹੜਾ ਹੈੱਡ ਹੋਣਾ ਚਾਹੀਦਾ ਉਹ ਕਾਬਲੀਅਤ ਵਾਲਾ ਹੋਣਾ ਚਾਹੀਦਾ, ਕਾਬਲੀਅਤ ਦੇ ਆਧਾਰ 'ਤੇ ਚੁਣਿਆ ਵਾ ਹੋਣਾ ਚਾਹੀਦਾ ਜਿਹੜਾ ਆਪਣੇ ਪਿੰਡ ਨੂੰ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਅਨਪੜ੍ਹ ਪੰਚ ਹੋਵੇ ਜਾਂ ਸਰਪੰਚ ਹੋਵੇ ਜਿਹਨੂੰ ਇਹੀ ਨਹੀਂ ਪਤਾ ਹੈਗਾ ਨਗਰੇਗਾ ਦੇ ਪੈਸੇ ਵਾਪਸ ਜਾ ਰਹੇ ਆ, ਸੋ ਫਿਰ ਕੀ ਕਰੋਗੇ ਤੁਸੀਂ? ਕਿਸ ਤਰ੍ਹਾਂ ਪਿੰਡਾਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਓਗੇ? ਇੱਕ ਸੈਕਿੰਡ ਲਈ ਜੀ, ਦੂਜੀ ਗੱਲ ਮੀਟੂ ਦੀ ਬੜੀ ਆਪਾਂ ਗੱਲ ਕਰ ਰਹੇ ਹਾਂ, ਦੇਖੋ ਮੈਂ ਤੁਹਾਨੂੰ ਇਹ ਦੱਸਦਾ ਪ੍ਰੈਕਟੀਕਲੀ ਗੱਲਾਂ ਹੋਰ ਹੁੰਦੀਆਂ, ਦਫ਼ਤਰ ਦੇ ਵਿੱਚ ਬੈਠ ਕੇ ਲਿਖਣਾ ਜਾਂ ਪੜ੍ਹਨਾ ਹੋਰ ਗੱਲਾਂ ਹੁੰਦੀਆਂ।
ਜਦੋਂ ਅਸੀਂ ਪ੍ਰੈਕਟੀਕਲੀ ਦੇਖੋ ਮੈਂ ਡਿਫੈਂਸ ਲਾਇਰ ਹੋਣ ਦੇ ਨਾਤੇ ਤੁਹਾਨੂੰ ਦੱਸ ਰਿਹਾ ਹਾਂ, ਜਿੰਨੇ ਸਾਡੇ ਕੋਲ ਕੇਸਿਸ ਆਉਂਦੇ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਮਤਲਬ ਔਰਤਾਂ ਦੇ ਨਾਲ ਅਪਰਾਧਾਂ ਦੇ ਤੁਸੀਂ ਗਣਦੇ ਆ, 1% ਕੇਸ ਅੱਜ ਤੱਕ ਮੇਰੇ ਕੋਲ ਹੈਗੇ ਆ ਜਿਹੜੇ 1% ਕੇਸ ਹੈ ਜਿਹੜੇ ਸੱਚੇ ਆਏ ਹੈਗੇ ਆ, ਜਿਹਨਾਂ ਦੇ ਵਿੱਚ ਗੈਂਗਰੇਪ ਲਾ ਲਓ ਜਾਂ ਕੋਈ ਇਸ ਤਰ੍ਹਾਂ ਦਾ ਲਾ ਲਓ, ਅਦਰਵਾਈਜ਼ ਸਾਰੇ ਦੇ ਸਾਰੇ ਕੰਸੈਂਟ ਕਨਵਰਟਡ ਟੂ ਜਿਹੜਾ ਹੈਗਾ ਰੇਪ ਜਿਹੜੇ ਕੇਸ ਆਏ ਹੈਗੇ ਆ, ਜੇ ਮੰਨ ਲੋ ਵੀ 1.25 ਅਰਬ ਦੀ ਆਬਾਦੀ ਵਿਚੋਂ ਤੁਹਾਡੇ ਕੋਲ 1% ਕੇਸ ਆਏ ਆ, ਵਕੀਲ ਕਿੰਨੇ ਹਿੰਦੁਸਤਾਨ ਦੇ? ਮੈਂ ਸਾਰੇ ਵਕੀਲਾਂ ਦੀ ਗੱਲ ਕਰ ਰਿਹਾ ਜੀ, ਮੈਂ ਮੰਨ ਲਓ ਮੈਂ ਇੱਕ ਇਕਾਈ ਦੀ ਦੇਖੋ ਮੇਰੀ ਗੱਲ ਸੁਣੋ, ਇਹ ਜਿਹੜੀ ਗੱਲ ਕਹਿ ਰਹੇ ਆ ਅਸੀਂ ਠੀਕ ਤੁਹਾਡੇ ਵਾਲਾ ਸਵਾਲ ਲੈ ਕੇ ਜਾਂਦਾ, ਬਿਲਕੁਲ ਇੱਕ ਇੱਕ ਪਾਸੇ ਪ੍ਰੈਕਟੀਕੈਲਿਟੀ ਹੈ, ਇੱਕ ਪਾਸੇ ਹੋਇਆ ਕਿ ਡਿਵੈਲਪਮੈਂਟ ਗਰਾਊਂਡ ਲੈਵਲ ਤੇ ਕਿਵੇਂ ਹੋਇਆ। ਮੈਂ ਤੁਹਾਨੂੰ 2-3 ਦੀਆਂ ਐਗਜ਼ਾਮਪਲਾਂ ਦੂੰ ਕੰਕਰੀਟ। ਪਹਿਲੀ ਗੱਲ, ਦੁਨੀਆ ਦੇ ਵਿੱਚ ਹੀ ਔਰਤ ਪਿੱਛੇ ਰੱਖੀ ਗਈ ਸੀ। ਜੇਰਮੀ ਸੋਫੀਆ, ਉਹਨੂੰ ਮੈਥਮੈਟਿਕਸ ਨਹੀਂ, ਕੁੜੀਆਂ ਮੈਥਮੈਟਿਕਸ ਨਹੀਂ ਪੜ੍ਹ ਸਕਦੀਆਂ, ਉਹਨੂੰ ਮੈਥਮੈਟਿਕਸ ਪ੍ਰੋਫੈਸਰ ਹੀ ਬਣਾਇਆ ਗਿਆ ਅਤੇ ਜਰਮਨ ਦੇ ਵਿੱਚ ਕਿਹਾ ਗਿਆ ਹੁਣ ਅਸੀਂ ਕੁੜੀਆਂ ਕੋਲ ਬੈਠ ਕੇ ਪੜ੍ਹਾਂਗੇ, ਕੁੜੀ ਪ੍ਰੋਫੈਸਰ ਹੋਏਗੀ, ਟੌਪ ਦੀ ਮੈਥਮੈਟੀਸ਼ੀਅਨ ਸੀ ਉਹ, ਟਾਫਲ ਜਿਹੜਾ ਉਹ ਟਾਵਰ ਬਣਿਆ, ਉਹ ਟਾਵਰ ਦੇ ਵਿੱਚ ਔਰਤ ਮੈਥਮੈਟੀਸ਼ੀਅਨ ਨੇ ਫਾਰਮੂਲਾ ਦਿੱਤਾ ਵੀ ਇਹ ਖੜਾ ਕਿਵੇਂ ਰਹਿ ਸਕਦਾ, ਉਹਦਾ ਨਾਮ ਨਹੀਂ ਹੈ, ਬਾਕੀ ਸਾਰਿਆਂ ਦਾ ਮੇਲ ਦਾ ਨਾਮ ਹੈ, ਇਹ ਵੈਸਟ ਯੂ ਇਹੀ ਹੁੰਦਾ, ਐਸੀ ਗੱਲ ਨਹੀਂ ਹੈ, ਪਰ ਉਹਨਾਂ ਨੇ ਉਹਨੂੰ ਓਵਰ ਪਾਵਰ ਕਰ ਲਿਆ ਸਾਡੇ। ਹੁਣ ਅਸੀਂ ਕਹਿੰਦੇ ਹਾਂ ਸਰਪੰਚਾਂ ਦੀ, ਮੈਂ 2 ਕੰਕਰੀਟ ਪੰਜਾਬ ਦੀਆਂ ਐਗਜ਼ਾਮਪਲਾਂ ਦਿੰਦਾ। 1994 'ਚ ਐਕਟ ਬਣਿਆ, 1995 'ਚ ਮੈਂ ਤਲਵਾੜਾ ਇੱਕ ਮੀਟਿੰਗ ਕਰ ਰਿਹਾ ਸੀ, ਉੱਥੇ 2 ਔਰਤਾਂ ਦੀ ਮੀਟਿੰਗ ਸੀ, ਉਹ ਪਿਓਰ ਦੀ, ਇੱਕ ਔਰਤ ਨੇ ਕਿਹਾ ਕਹਿੰਦੀ ਜੀ ਮੇਰੇ ਘਰ ਵਾਲਾ ਫੈਸਲਾ ਕਰਿਆ ਆ ਉੱਥੇ, ਮੈਨੂੰ ਕਹਿੰਦਾ ਆ ਕੇ ਗੂਠਾ ਲਾ, ਪੜ੍ਹਨ ਨਹੀਂ ਜਾਂਦੀ ਸੀ ਉਹ, ਕਹਿੰਦੀ ਮੈਂ ਆਖਿਆ ਮੈਂ ਤੈਨੂੰ ਲਾਉਂਦਾ ਲਾਉਂਦੀ, ਮੈਂ ਆਖਿਆ ਬੀਬੀ ਨੇ ਤਾਂ ਪਾ ਲਿਆ ਪੰਗਾ, ਇਹ ਤਾਂ ਤਲਾਕ ਹੀ ਨਾ ਹੋ ਜੇ ਉਹ। ਫਿਰ ਮੈਂ ਕਿਹਾ ਬੀਬੀ ਕੀ? ਕਹਿੰਦੀ ਕੋਈ ਨਹੀਂ, ਕਹਿੰਦੀ ਮੈਂ ਉਹਨੂੰ 1 ਹਫ਼ਤਾ ਘੁਮਾਇਆ ਵੀ ਫੈਸਲਾ ਤੂੰ ਕਰਕੇ ਫਿਰ ਤੂੰ ਲਾ ਲਾ, ਹੈਂ ਹਫ਼ਤੇ ਬਾਅਦ ਮੈਂ ਆਖਿਆ ਵੀ ਤੇਰੀ ਮੇਰੀ ਇੱਜ਼ਤ ਸਾਂਝੀ ਹੈ, ਅੱਜ ਤਾਲਾ ਤਾ ਅੱਗੇ ਤੋਂ ਉੱਥੇ ਨਾ ਕਰਕੇ ਆਈ, ਪੰਜ ਮੈਂ ਆ, ਇਹ 94 ਦੀ ਗੱਲ ਦੱਸ ਰਿਹਾ, 95 ਦੀ। ਦੂਜੀ ਗੱਲ, ਇੱਥੇ ਰੋਪੜ ਉੱਥੇ ਪਹਿਲਾਂ ਦੂਜੀ ਇੱਕ ਹੋਰ ਬੀਬੀ ਪੰਚ, ਉਹ ਕਹਿੰਦੀ ਜੀ ਮੈਨੂੰ ਮੈਂਬਰ ਜਾਣ, ਉਹ ਕੱਲੀ ਪੰਚ ਸੀਗੀ ਔਰਤ, ਕਹਿੰਦੀ ਮੈਨੂੰ ਬੁਲਾਉਂਦੇ ਨਹੀਂ, ਅਤੇ ਉਹ ਕਹਿੰਦੇ ਵੀ 3 ਮੀਟਿੰਗਾਂ, ਅਨਪੜ੍ਹ ਔਰਤ ਦੱਸ ਰਹੀ ਹੈ ਸਾਡੀ, ਉਹ ਸਾਖਰ ਤੇ ਮਾੜੀ ਮੋਟੀ ਦਸਤਖਤ ਥੋੜ੍ਹਾ ਪੜ੍ਹਨਾ ਸਿੱਖੀ ਸੀ, ਕਹਿੰਦੀ ਉਹ 3 ਮੀਟਿੰਗਾਂ ਬਾਅਦ ਮੈਨੂੰ ਇਹ ਲਿਖ ਕੇ ਭੇਜ ਦੇਣਗੇ ਵੀ ਤਾਂ ਮੀਟਿੰਗ 'ਚ ਨਹੀਂ ਆਉਂਦੀ, ਮੇਰੀ ਮੈਂਬਰੀ ਖਾਰਜ ਕਰਨਗੇ। ਮੈਂ ਫਿਰ ਤੈਂ ਕੀ ਕਰਾਂ ਬੀਬੀ? ਕਹਿੰਦੀ ਮੈਂ ਪਹਿਲੇ ਅਰਜ਼ੀ ਦਿੱਤੀ ਵੀਡੀਓ ਨੂੰ ਵੀ ਆਹ ਕਰਨਗੇ ਇਹ ਮੇਰੇ ਨਾਲ, ਜਾਤੀ ਕਰਨਗੇ ਇਹ ਉਸ ਤਲਵਾੜੇ ਵਰਗੇ ਏਰੀਏ 'ਚ, ਰਿਮੋਟ ਏਰੀਏ 'ਚ। ਹੁਣ ਇੱਥੇ ਰੋਪੜ ਅਸੀਂ ਗਏ ਇੱਕ ਇਨਕੁਆਇਰੀ 'ਤੇ, ਇਹ ਹੈਗੀ ਆ ਕੋਈ ਗੱਲ 96-97 ਦੀ, ਉੱਥੇ ਜੀ ਪੂਰਾ ਇਕੱਠ ਹੋਇਆ ਸਕੂਲ 'ਚ ਸ਼ਾਮ ਨੂੰ, ਉੱਥੇ ਇੱਕ ਬੀਬੀ ਨੂੰ ਕਿਹਾ ਜਾਵੇ ਵੀ ਦਸਤਖਤ ਨਹੀਂ ਕਰਦੀ ਜੀ ਇਹ ਬੀਬੀ ਮਤੇ 'ਤੇ, ਵੀਡੀਓ ਨਾਲ ਵੀਡੀਓ ਨੂੰ ਪੁੱਛਿਆ ਕਿਉਂਕਿ ਵੀਡੀਓ ਦੀ ਜ਼ਿੰਮੇਵਾਰ ਸੀ, ਉਹ ਬੀਬੀ ਕਹਿੰਦੀ ਮੈਂ ਕਿਉਂ ਕਰਾਂ ਦਸਤਖਤ, ਦੱਸੋ ਤੁਸੀਂ ਮੇਰਾ ਮੈਂ ਕਦ ਸੀ ਕੋਈ ਫੈਸਲੇ ਸ਼ਾਮਿਲ, ਉਹ ਵੀਡੀਓ ਕਹਿਣ ਲੱਗਾ ਦੇਖੋ ਜੀ ਧੌਲੇ ਝੱਠੇ ਵਾਲੀ ਝੂਠੀ ਬੋਲਦੀ ਹੈ, ਇਹਨੂੰ ਪੁੱਛੋ ਤਾਂ ਘਰ ਵਾਲਾ ਸ਼ਾਮਿਲ ਸੀ ਜਾਂ ਨਹੀਂ। ਮੈਂ ਉਹਦੀ ਬਾਂਹ ਫੜੀ, ਮੈਂ ਕਿਹਾ ਚੁੱਪ ਕਰ ਤੂੰ ਸਸਪੈਂਡ ਹੋ ਜਾਣਾ, ਉਹਦੇ ਘਰ ਵਾਲੇ ਤਾਂ ਉਹ ਕਹਾਂ ਬੀਬੀ ਚੱਕੀ ਉਹ ਸੁਣ ਕੇ ਨਹੀਂ, ਕਹਿੰਦੀ ਫਿਰ ਉਹਦੇ ਦਸਤਖਤ ਕਰਾਉਣਾ ਮੇਰੇ ਕਿਉਂ ਕਰਾਉਣਾ, ਫਿਰ ਉਹਨੂੰ ਥੋੜ੍ਹਾ ਜਿਹਾ ਸਖ਼ਤ ਵੀ ਬੋਲਣ ਲੱਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਔਰਤਾਂ ਹੁਣ ਖੜੀਆਂ ਹੋਈਆਂ ਨੇ, ਔਰਤਾਂ ਬਥੇਰੀਆਂ ਔਰਤਾਂ ਖੜੀਆਂ ਹੋਈਆਂ। ਅਗਲੀ ਗੱਲ, ਮਨਰੇਗਾ ਦੇ ਵਿੱਚ ਮੈਕਸੀਮਮ ਵੂਮੈਨ ਅਪਲਾਈ ਹੈ, ਉਹ ਜਾ ਕੇ ਉਹਨਾਂ ਨੂੰ ਤੰਗ ਹੀ ਹੋ ਰਹੀ ਹੈ, ਇਹ ਕਾਰਡ ਮਨਰੇਗਾ ਦੇ ਬਣ ਹੀ ਤਾਂ ਨਹੀਂ ਰਹੇ ਕਿਉਂਕਿ ਔਰਤਾਂ ਨੇ ਦਲਤ ਨੇ। ਸੋ ਇਹਦੇ ਨਾਲ ਐਂ ਨਹੀਂ ਮੈਂ ਕਹਿੰਦਾ ਕੋਈ ਬਹੁਤ ਵੱਡਾ ਬਦਲਾਅ ਇਮੀਜੀਏਟ ਆ ਜਾਏਗਾ, ਪਰ ਸਮਾਜਿਕ ਬਦਲਾਅ ਜਿਹੜਾ ਹੈ ਉਹ ਪੋਲੀਟੀਕਲ ਪਾਵਰ ਵੱਲ ਨੂੰ ਲੈ ਕੇ ਜਾਂਦਾ ਹੈ। ਜਦ ਤੁਸੀਂ ਸਮਾਜਿਕ ਪਾਵਰ ਐਕਸਰਸਾਈਜ਼ ਕਰੋਗੇ ਤਾਂ ਪੋਲੀਟੀਕਲ ਪਾਵਰ ਵੀ ਹੋਏਗੀ। ਜਿੱਦ ਤੱਕ ਸਵਾਲ ਹੈ ਦੂਜਾ, ਮੈਂ ਧਾਰਨੀ ਸਾਹਿਬ ਦੀ ਇੱਕ ਮੇਰੀ ਬੇਨਤੀ ਹੈ, ਇਹ ਕਹਿਣਾ ਕਿ ਜੀ ਦੇਖੋ ਸਿਆਣੇ ਪੜ੍ਹੇ ਲਿਖੇ ਹਿੰਦੁਸਤਾਨ ਨੂੰ ਕੋਈ ਅਨਪੜ੍ਹ ਨਹੀਂ ਚਲਾ ਰਿਹਾ, ਜਿੰਨੀ ਬਿਊਰੋਕਰੇਸੀ ਹੈ, ਜਿੰਨੇ ਪ੍ਰੋਫੈਸਰ ਐਕਸਪਰਟ ਨੇ, ਜਿੰਨੇ ਪੜ੍ਹਾਉਣ ਵਾਲੇ ਨੇ, ਉਹ ਸਾਰੇ ਪੜ੍ਹੇ ਲਿਖੇ ਨੇ, ਔਰ ਮਹਾ ਬਹੁਤ ਹੀ ਜ਼ਿਆਦਾ ਵੱਡੇ ਵੱਡੇ ਪੜ੍ਹੇ ਲਿਖੇ ਨੇ ਵੱਡੀਆਂ ਯੂਨੀਵਰਸਿਟੀਆਂ 'ਚ, ਸਭ ਤੋਂ ਜ਼ਿਆਦਾ ਕਰਪਸ਼ਨ ਹੋ ਰਹੀ ਹੈ, ਜੇ ਪੜ੍ਹੇ ਲਿਖੇ ਇੰਨੇ ਔਰ ਠੱਗੀਆਂ ਵੱਜ ਰਹੀਆਂ ਨੇ, ਜੇ ਪੜ੍ਹੇ ਲਿਖਿਆ ਨਾਲ ਸਾਰਾ ਕੁਛ ਹੀ ਇੰਨਾ 2 ਨੰਬਰ ਦਾ ਕੰਮ ਹੋਈ ਜਾ ਰਿਹਾ, ਅਤੇ ਫਿਰ ਅਨਪੜ੍ਹ ਤਾਂ ਉਦੋਂ ਇਹੋ ਜਿਹਾ ਕੰਮ ਕਦੇ ਮੈਂ ਸੁਣਿਆ ਨਹੀਂ ਸੀ, ਜ਼ਿਆਦਾ ਅਨਪੜ੍ਹ ਸੀਗੇ। ਸੋ ਇਹ ਪੜ੍ਹੇ ਅਨਪੜ੍ਹ ਦਾ ਨਹੀਂ, ਇਹ ਸਵਾਲ ਹੈ ਲੋਕਾਂ ਦੀ ਤਾਕਤ ਦਾ। ਇੱਕ ਲਾਈਨ 'ਚ ਮੈਂ ਗੱਲ ਕਰਾਂਗਾ, 74-73 ਸੋਧ ਦੇ ਵਿੱਚ ਇੱਕ ਬਹੁਤ ਬਿਊਟੀਫੁਲ ਚੀਜ਼ ਹੈ, ਜੇ ਉਹਨੂੰ ਲਾਗੂ ਕਰੇ ਇਹ ਸਰਕਾਰ, ਉਹ ਹੈ ਗ੍ਰਾਮ ਸਭਾ। ਪਿੰਡ ਦਾ ਇਕੱਠ ਹੋਣਾ ਹਰ ਮੁੱਦੇ 'ਤੇ, ਜਦ ਉਹ ਗ੍ਰਾਮ ਸਭਾ 'ਚ ਔਰਤ ਆ ਕੇ ਬੋਲਦੀ ਹੈ ਕਿ ਮੇਰਾ ਰਾਈਟ ਹੈ, ਮੇਰੇ ਨਾਲ ਜ਼ਿਆਦਤੀ ਹੋਈ ਹੈ, ਫਿਰ ਇਹਨਾਂ ਦਾ
एक परसेंट वाला पासा बदल जाएगा, कानून च एक परसेंट वाला ही आएगा, मर्द के हक च ही रहना, कानून देखने को यही लगना। पर जब औरत, मैं डॉक्टर हाँ, मैं पता मेरे को किन्ने रेप के केस होंगे और कंसेंटेड नहीं होंगे, ये सैपरेट इशू है भी साडा उहदे च दखलअंदाजी, जे इन्हां नूं पता ही है भी लाच, असीं तां दखलअंदाजी करनी नहीं, असीं अपनी टैक्निकल रिपोर्ट देनी है, असीं कोई आई विटनेस नहीं है, इस करके असीं उह च इह वी नहीं लिख सकदे भी इन्हां होई है नहीं होई है, ठीक है। सो इह नहीं है, प्रोफैशन इन्हां दा भी है, प्रोफैशन मेरा भी है, मेरे प्रोफैशन च आ के इन्हां दे प्रोफैशन च आ के लोग झूठ दसदे ने, मैं तुहानूं हुण वी दस दिंदा, क्योंकि मेरे प्रोफैशन च आ के मरीज अंदरों दिल दी गल जिहड़े मां बाप नूं नहीं दसणूं तिआर, उह सानूं दस दिंदा, ते असीं गांह किसे कोल दसणी वी नहीं हुंदी। सो इस करके इह जी गल नहीं है, औरतां दे विच पूरी दुनिया च आ रहे हैं, हिंदुस्तान और पंजाब की औरत, मैं हैरान इस गल दे, सिख धर्म एक ऐसा धर्म है जिन्हें औरतों को सब तो उच्चा चुकया, औरतां लड़ियां ने मैदान ने जंग च लड़ियां ने, औरतों ने कुर्बानियां दित्तियां ने, तो यह पंजाब दे विच ही ਇਹਦਾ ਆਗਾਜ਼ ਹੋਏਗਾ ਕਿ ਔਰਤਾਂ ਕਿਵੇਂ ਅੱਗੇ ਹੁੰਦੀਆਂ। ਦੇਖੋ ਗਰਗ ਸਾਹਿਬ ਬਹੁਤ ਭਾਵਕ ਹੋ ਕੇ ਉਹ, ਮੈਂ ਕਿਤੇ ਵੀ ਇਹ ਗੱਲ ਨਹੀਂ ਕਹੀ ਹੈਗੀ ਕਿ ਔਰਤ ਨੂੰ ਪਾਵਰਾਂ ਨਹੀਂ ਮਿਲਣੀਆਂ ਚਾਹੀਦੀਆਂ, ਕਦੋਂ ਕਿਹਾ ਮੈਂ? ਪਹਿਲਾਂ ਮੇਰਾ ਉਹ ਸੀ ਵੀ ਬਿਲਕੁਲ ਅਸੀਂ ਇਸ ਗੱਲ ਦੀ ਤਾਇਦ ਕਰਦੇ ਹਾਂ, ਬਹੁਤ ਚੰਗਾ ਸਟੈਪ ਸੀ ਇਹਨਾਂ ਨੇ ਬਹੁਤ ਕਰਿਆ, ਪਰ ਮੈਂ ਨਾਲ ਦੀ ਨਾਲ ਕਿਤੇ ਨਾ ਕਿਤੇ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਸੋਸ਼ਲੀ ਜਿਹੜੀਆਂ ਚੀਜ਼ਾਂ ਦਾ ਹੈਗਾ ਨਾ ਇਫੈਕਟ ਹੈਗਾ, ਉਸ ਨੂੰ ਵੀ ਦੂਰ ਕਰਨਾ ਪਊਗਾ। ਹੁਣ ਗੱਲਾਂ ਇਹਨਾਂ ਨੇ ਬਹੁਤ ਸਾਰੀਆਂ ਕਰੀਆਂ ਹੈਗੀਆਂ, ਮੈਂ ਤੁਹਾਨੂੰ ਦੱਸਦਾ ਕਿ ਸਰਪੰਚ ਕਿਵੇਂ ਚੁਣੇ ਜਾਂਦੇ ਆ, ਪੰਚ ਕਿਵੇਂ ਚੁਣੇ ਜਾਂਦੇ ਆ, ਉਸ ਏਰੀਏ ਦਾ ਜਿਹੜਾ MLA ਹੁੰਦਾ ਜਾਂ ਕੋਈ ਵੀ ਪੋਲੀਟੀਕਲ ਲੀਡਰ ਹੁੰਦਾ, ਸੰਧੂ ਸਾਹਿਬ ਵਰਗੇ ਹੁੰਦੇ ਆ ਜਿਹੜੇ, ਉਹ ਪਿੰਡ ਦੇ ਖਾਸ ਬੰਦੇ ਨੂੰ ਬੁਲਾਉਂਦੇ ਆ, ਉਹ ਫਲਾਣਾ ਸਿਆਂ ਬਈ ਆਪਾਂ ਫਿਰ ਫਲਾਣੇ ਨੂੰ ਕਿੱਥੇ ਕਿਹਨੂੰ ਖੜਾ ਕਰੀਏ, ਟਿਮਕੇ ਤੇ ਕਿਹਨੂੰ ਖੜਾ ਕਰੀਏ, ਫਿਰ ਉਹ ਚੁਣ ਕੇ ਲੈ ਕੇ ਆਉਂਦਾ, ਯਾਰ ਉਹ ਆਪਣਾ ਬੰਦਾ ਖਾਸ ਹੈ, ਆਪਾਂ ਐਂ ਕਰਦੇ ਉਹਦੀ ਘਰ ਵਾਲੀ ਨੂੰ ਖੜਾ ਦਿੰਦੇ, ਠੀਕ ਹੈ। ਸੋ ਪ੍ਰੈਕਟੀਕਲੀ ਮੈਂ ਦੇਖੋ, ਮੈਂ ਇਸ ਗੱਲ ਦੇ ਬਿਲਕੁਲ ਨਾਲ ਹੈ ਕਿ ਔਰਤਾਂ ਨੂੰ ਪਾਵਰ ਮਿਲਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਬਹੁਤ ਦੇਰ ਤੋਂ ਦਬੇ ਕੁਚਲੇ ਰਹੇ ਵੇ ਆ, ਪਰ ਮੈਂ ਨਾਲ ਦੀ ਨਾਲ ਕਿਤੇ ਨਾ ਕਿਤੇ ਇਹ ਕਹਿਣਾ ਕਿ ਇਹ ਵੀ ਸੁਧਾਰ ਵੀ ਹੋਣਾ ਚਾਹੀਦਾ ਕਿ ਔਰਤਾਂ ਦੇ ਪ੍ਰੋਸੈਸ ਜਿਹੜਾ ਹੈਗਾ ਉਸ ਦੇ ਵਿੱਚ ਸੁਧਾਰ, ਬਿਲਕੁਲ ਹਾਂ, ਉਸ ਦੇ ਵਿੱਚ ਸੁਧਾਰ, ਬਿਲਕੁਲ ਕਾਬਲੀਅਤ ਦਾ ਜ਼ਰੂਰ ਖਿਆਲ ਰੱਖਿਆ ਜਾ। ਠੀਕ, ਇੱਕ ਛੋਟਾ ਜਿਹਾ ਬ੍ਰੇਕ ਮੈਨੂੰ ਇੱਥੇ ਲੈਣਾ ਪੈ ਰਿਹਾ, ਸੁਣ ਸਾ ਮੈਂ ਆਊਂਗਾ ਤੁਹਾਡੇ ਕੋਲ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆਊਂਗਾ ਔਰ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਰਕਾਰ ਜਿਸ ਦੇ ਰਾਜ ਵਿੱਚ ਕੈਬਨਿਟ ਮੰਤਰੀ ਦੀਆਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਦੋਂ ਕੈਬਨਿਟ ਮੰਤਰੀ ਦੇ ਬਰਾਬਰ ਵਿੱਚ ਬੈਠੇ ਉਹਨਾਂ ਦੇ ਪਤੀ ਦਸਤਖਤ ਕਰਕੇ ਉਹਨਾਂ ਨੂੰ ਕਾਗਜ਼ ਫੜਾ ਰਿਹਾ ਔਰ ਉਸ 'ਤੇ ਉਹ ਮੋਹਰ ਲਾ ਰਿਹਾ, ਉਹ ਸਰਕਾਰ ਫਿਰ ਇਸ ਚੀਜ਼ ਨੂੰ ਕਿਵੇਂ ਇਫੈਕਟਿਵਲੀ ਇੰਪਲੀਮੈਂਟ ਕਰੇਗੀ, ਇਹ ਸਵਾਲ ਕਾਇਮ ਹੈ। ਛੋਟੇ ਬ੍ਰੇਕ ਤੋਂ ਬਾਅਦ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਕੈਬਨਿਟ ਦਾ ਜਿਹੜਾ ਫੈਸਲਾ ਹੈਗਾ ਇਸ ਦੇ ਨਾਲ ਸਿਆਸਤ ਵਿੱਚ ਔਰਤਾਂ ਲਈ ਜ਼ਮੀਨੀ ਪੱਧਰ 'ਤੇ ਕੀ ਬਦਲੇਗਾ, ਅਸੀਂ ਜਿਹੜੀ ਗੱਲ ਕਰ ਰਹੇ ਸੀ ਤਾਰਾ ਸਿੰਘ ਸੰਧੂ ਸਾਹਿਬ, ਇਹ ਸਰਕਾਰ ਜਿਹੜੀ ਮੌਜੂਦਾ ਸਰਕਾਰ ਪੰਜਾਬ ਵਿੱਚ ਹੈਗੀ ਹੈ, ਇਸੇ ਸਰਕਾਰ ਦੇ ਰਾਜ ਵਿੱਚ ਇੱਕ ਤਸਵੀਰ ਅਜਿਹੀ ਆਉਂਦੀ ਹੈ ਕਿ ਪੰਜਾਬ ਸਰਕਾਰ ਦੀ ਮਹਿਲਾ ਕੈਬਨਿਟ ਮੰਤਰੀ ਕਿਸੇ ਪ੍ਰੋਗਰਾਮ ਵਿੱਚ ਸ਼ਰੀਕ ਹੁੰਦੇ ਨੇ, ਉਹਨਾਂ ਦੀ ਬਰਾਬਰ ਵਿੱਚ ਉਹਨਾਂ ਦੇ ਨਾਲ ਕੁਰਸੀ ਡਾ ਕੇ ਉਹਨਾਂ ਦੇ ਪਤੀ ਬੈਠੇ ਨੇ, ਉਹ ਕਾਗਜ਼ਾਂ ਦੇ ਦਸਤਕ ਕਰਕੇ ਅੱਗੇ ਫੜਾ ਰਹੇ ਨੇ, ਉਹ ਮੀਡੀਆ ਵਿੱਚ ਵਾਇਰਲ ਵੀ ਹੁੰਦਾ ਉਹ ਬਹੁਤ ਜ਼ਿਆਦਾ ਕਲਿੱਪ, ਇਸ ਤਰ੍ਹਾਂ ਦੀ ਚੀਜ਼ਾਂ ਜਦੋਂ ਹੁੰਦੀਆਂ ਨੇ ਕੈਬਨਿਟ ਮੰਤਰੀ ਦੇ ਲੈਵਲ 'ਤੇ ਇਹ ਚੀਜ਼ਾਂ ਹੋ ਰਹੀਆਂ ਨੇ, ਪੰਚ ਸਰਪੰਚ ਦੇ ਲੈਵਲ 'ਤੇ ਨਹੀਂ ਹੋ ਰਹੀਆਂ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਦੇ ਲੈਵਲ 'ਤੇ ਨਹੀਂ ਹੋ ਰਹੀਆਂ, ਇਹ ਕੈਬਨਿਟ ਮੰਤਰੀ ਨੂੰ ਜਦੋਂ ਇਸ ਤਰੀਕੇ ਨਾਲ ਡਿਕਟੇਟ ਕੀਤਾ ਜਾ ਰਿਹਾ ਹੈ ਤਾਂ ਉਸ ਪੱਧਰ 'ਤੇ ਜਾ ਕੇ ਅਸੀਂ ਕਿਵੇਂ ਸੋਚ ਲਈਏ ਕਿ ਅੱਗੇ ਔਰਤਾਂ ਲਈ ਕਿੰਨਾ ਸਪੇਸ ਬਚ ਜਾਵੇਗਾ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਸ ਤਰੀਕੇ ਦੀ ਗੱਲ ਹੋਈ ਸੀ ਤਾਂ ਉਹਨੂੰ ਕਿਸੇ ਨੇ ਪਸੰਦ ਨਹੀਂ ਕੀਤਾ, ਉਹ ਗੱਲ ਰਿਪੀਟ ਨਹੀਂ ਹੋਈ, ਪਰ ਕਿਉਂਕਿ ਬੈਕਗ੍ਰਾਉਂਡ ਦੇ ਵਿੱਚ ਮੇਲ ਡੋਮੀਨੇਟਿੰਗ ਸੋਸਾਇਟੀ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਇੰਨਾ ਘਰ ਕਰੀ ਬੈਠੀ ਹੈ ਕਿ ਅਸੀਂ ਸਮਝਦੇ ਹਾਂ ਕਿ ਔਰਤ ਤਾਂ ਇਹਦੇ 'ਤੇ ਕੰਮ ਮੇਰੀ ਹੈਲਪ ਤੋਂ ਬਿਨਾਂ ਕਾਮਯਾਬ ਹੋ ਹੀ ਨਹੀਂ ਸਕਦੀ, ਇਹ ਮਾਨਸਿਕਤਾ ਹੈ। ਪਰ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਮਿਜ਼ੋ ਨਾਗਾਲੈਂਡ, ਆਂਧਰਾ ਪ੍ਰਦੇਸ਼ ਅਤੇ ਹਰਿਆਣੇ 'ਚ ਤਿੰਨਾਂ 'ਚ ਔਰਤਾਂ ਨੇ ਇੱਕ ਮੂਵਮੈਂਟ ਚੱਕੀ ਸੀ ਸ਼ਰਾਬ ਦੇ ਖਿਲਾਫ਼, ਔਰ ਤਿੰਨੇ ਹੀ ਕਲਚਰ ਲਈ ਕੋਈ ਬਹੁਤ ਵੱਡੇ ਜਿਹੜੇ ਉਸ ਤਰੀਕੇ ਦੇ ਨਹੀਂ ਗੇ ਵੀ ਜੇ ਬਹੁਤ ਕੇਰਲਾ ਵਾਂਗੂ ਹੈ ਵੀ ਉੱਥੇ ਲਿਟਰੇਸੀ ਰੇਟ ਜ਼ਿਆਦਾ ਜਾਂ ਜੇ ਵੋ, ਇਹ ਕਿਉਂ ਹੋ ਗਿਆ? ਕਿਉਂਕਿ ਔਰਤ ਨੇ ਪ੍ਰੈਕਟੀਕਲੀ ਮਹਿਸੂਸ ਕੀਤਾ ਕਿ ਇਹਦੇ ਨਾਲ ਜਿਹੜਾ ਹੈਗਾ ਮਤਲਬ ਸਾਡੇ ਘਰ ਬਰਬਾਦ ਹੋ ਰਹੇ ਆ, ਤਾਂ ਹੁਣ ਉਹ ਮੂਹਰੇ ਆ ਗਈਆਂ। ਇਸੇ ਤਰ੍ਹਾਂ ਜਦੋਂ ਆ ਡੇਰਾ ਸਿਰਸਾ ਵੱਲ ਨੂੰ ਲੋਕ ਝੁਕਣ ਲੱਗੇ ਜਾਂ ਰਾਧਾ ਸਵਾਮੀ ਡੇਰੇ ਵੱਲ ਨੂੰ, ਤਾਂ ਬਹੁਤੇ ਗਰੀਬ ਘਰਾਂ ਦੇ ਦਲਿਤ ਔਰਤਾਂ ਇੱਧਰ ਨੂੰ ਜਾਣ ਲੱਗੀਆਂ ਪਹਿਲਾਂ ਬੰਦਿਆਂ ਦੀ ਬਜਾਏ। ਉਹਦੇ 'ਚ ਮੇਨ ਕਾਰਨ ਇਹ ਲੱਭਿਆ ਗਿਆ ਵੀ ਜੀ ਇਹ ਤਾਂ ਜੀ ਦਾਰੂ ਤੋਂ ਖੜਾ ਛਡਾਉਂਦੇ ਆ, ਸਾਡੇ ਘਰਾਂ 'ਚ ਲੜਾਈ ਨਹੀਂ ਪੈਂਦੀ, ਜਾਂ ਜਿਹੜਾ 250 ਲਿਆਉਂਦਾ ਉਹਦੇ 'ਚੋਂ 100 ਦੀ ਦਾਰੂ ਪੀ ਲੈਂਦਾ, ਘਰੇ ਆ ਕੇ ਕੁੱਟ ਕਟਿੰਗਿਆ ਕਰਦਾ। ਇਸ ਕਰਕੇ ਇਸ ਇਹੋ ਜਿਹੀ ਸੋਸਾਇਟੀ ਦੇ ਵਿੱਚ ਜਦੋਂ ਆਪਾਂ ਸਟੈਪ ਚੱਕਾਂਗੇ
47 ਤੋਂ ਬਾਅਦ ਅੰਗਰੇਜ਼ਾਂ ਵੇਲੇ ਇੱਕ ਸਿਪਾਹੀ ਜਾ ਕੇ ਪੂਰੇ ਪਿੰਡ ਨੂੰ ਘੇਰ ਲਿਆਉਂਦਾ ਸੀ ਕੀ ਅੱਜ ਹੈ ਸਥਿਤੀ ਉਹ ਅਸੀਂ ਕੌਂਸ਼ੀਅਸਨੈਸ ਸਾਡੇ ਸਮਾਜ ਦੀ ਅੱਗੇ ਵਧੀ ਕਿ ਨਹੀਂ ਵਧੀ ਮੈਂ ਕਦੇ ਨਹੀਂ ਸੀ ਦੇਖਿਆ ਵੀ ਦਲਿਤਾਂ ਦੀਆਂ ਬੋਰਗੀਆਂ ਦੀਆਂ ਸਹਿਸੀ ਬਰਾਦਰੀ ਦੀਆਂ ਲੜਕੀਆਂ ਵੀ ਸਕੂਲਾਂ 'ਚ ਪੜ੍ਹਨ ਪਰ ਅੱਜ ਪੜ੍ਹਦੀਆਂ ਅੱਜ ਰਿਕਸ਼ੇ ਵਾਲੇ ਦੀ ਬੇਟੀ ਵੀ ਪੜ੍ਹਦੀ ਬੇਟਾ ਵੀ ਪੜ੍ਹਦਾ ਇਸ ਕਰਕੇ ਸੁਸਾਇਟੀ ਜਿਉਂ ਜਿਉਂ ਪੱਧਰ ਉਹ ਪੁਰਾਣਾ ਨੀਗਾ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਵਾਂ ਮੇਰੀ ਮਾਸੀ 1957 'ਚ ਸਿੰਘਾਪੁਰ ਗਈ ਅਤੇ ਉਹ ਕਈ ਸਾਲਾਂ ਬਾਅਦ ਮੁੜ ਕੇ ਉਹ ਕਹਿੰਦੀ ਇਹ ਤਾਂ ਸਾਰਾ ਕੁਛ ਹੀ ਬਦਲਿਆ ਪਿਆ ਹਰੇਕ ਦੇ ਘਰ ਫਰਿੱਜ ਹੈ ਹਰੇਕ ਦੇ ਘਰ ਔਰ ਟੀਵੀ ਹੈ ਹਰੇਕ ਦੇ ਘਰ ਬਿਜਲੀ ਹੈ ਇਹ ਤਾਂ ਪਿੰਡ ਹੀ ਬਦਲ ਗਿਆ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਮਾਨਸਿਕਤਾ ਨਹੀਂ ਹੁਣ ਉਹੋ ਜਿਹੀ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਇਹ ਬਹੁਤ ਵੱਡਾ ਪਲੇਟਫਾਰਮ ਹੈ ਜਿਹਦੇ 'ਤੇ ਉਹ ਡੇ ਟੂ ਡੇ ਦੀ ਸਰਗਰਮੀ ਨਾਲ ਆਪਣੀ ਅਥੋਰਿਟੀ ਵੀ ਜਮਾਉਣ 'ਚ ਕਾਮਯਾਬ ਹੋਣਗੀਆਂ ਮੁਸ਼ਕਲਾਂ ਤਾਂ ਹਰ ਫੀਲਡ 'ਚ ਆਉਂਦੀਆਂ ਜਿਹੜੀਆਂ ਔਰਤਾਂ ਟੀਚਰ ਲੱਗੀਆਂ ਡਾਕਟਰ ਲੱਗੀਆਂ ਰਿਮੋਟ ਏਰੀਏ 'ਚ ਕੰਮ ਕਰਦੀਆਂ ਉਹਨਾਂ ਨੂੰ ਕਿਹੜਾ ਮੁਸ਼ਕਲ ਨਹੀਂ ਆਉਂਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂਗਾ ਇਸ ਲਈ ਹਾਈ ਕੋਰਟ ਤਾਂ ਹੁਣ ਬਹੁਤ ਸਾਰੀਆਂ ਲੇਡੀਜ਼ ਵਕੀਲ ਹੈਗੀਆਂ ਨੇ ਧਾਰਨੀ ਸਾਹਿਬ ਦੇਖਦੀ ਨੇ ਜੱਜਸ ਵੀ ਬੈਂਚ ਦੇ ਉੱਤੇ ਹੈਗੀਆਂ ਨੇ ਫੀਮੇਲ ਪਰ ਮੈਂ ਇਹ ਦੇਖਦਾ ਵੀ ਪਹਿਲਾਂ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਸੀ ਅੱਜ ਤੁਸੀਂ ਮੰਨੋਗੇ ਐੱਮ ਐੱਸ ਸੀ 'ਚ ਐੱਮ ਫਿਲ 'ਚ ਪੀ ਐੱਚ ਡੀ 'ਚ ਐੱਮ ਏ 'ਚ ਐੱਮ ਕੌਮ 'ਚ ਬੀ ਕੌਮ 'ਚ ਬੀ ਏ 'ਚ ਬੀ ਐੱਸ ਸੀ 'ਚ ਸਿਵਾਏ ਬੀ ਈ ਦੇ ਇੰਜੀਨੀਅਰਿੰਗ ਨੂੰ ਛੱਡ ਕੇ ਬਾਕੀ ਸਾਰ ਮੈਡੀਕਲ 'ਚ ਸਾਨੂੰ ਕੁੜੀਆਂ ਦੇ ਹੋਸਟਲਾਂ ਨੂੰ ਮੁੰਡਿਆਂ ਦਾ ਹੋਸਟਲ ਬਣਾਉਣਾ ਪਿਆ ਪਟਿਆਲੇ ਮੁੰਡਿਆਂ ਦੇ ਹੋਸਟਲ ਨੂੰ ਕੁੜੀਆਂ ਦਾ ਕਿਉਂਕਿ ਪਹਿਲਾਂ ਕੁੜੀਆਂ ਘੱਟ ਆਉਂਦੀਆਂ ਸੀ ਇੰਨੀ ਜ਼ਿਆਦਾ ਕੁੜੀਆਂ ਤਾਦਾਦ 'ਚ ਆਉਂਦੀਆਂ ਔਰ ਨੰਬਰ ਵੀ ਜ਼ਿਆਦਾ ਲੈ ਰਹੀਆਂ ਨੇ ਜੇ ਬੋਰਡ 'ਚੋਂ ਫਸਟ ਆਉਂਦੀਆਂ ਮੁੰਡੇ ਕੁੜੀਆਂ ਜ਼ਿਆਦਾ ਆਉਂਦੀਆਂ ਨੇ ਸੋ ਅੱਜ ਜਿਹੜੀ ਔਰਤ ਹੈ ਜੇ ਅਸੀਂ ਉਹਨਾਂ ਨੂੰ ਪੜ੍ਹਨ ਦਾ ਮੌਕਾ ਹੀ ਨਾ ਦਿੰਦੇ ਤਾਂ ਫਿਰ ਉਹਨੇ ਨਹੀਂ ਆਉਣਾ ਸੀ ਪੰਜਾਬ ਦੇ 9.25 ਲੱਖ ਬੱਚਾ ਪ੍ਰਾਇਮਰੀ 'ਚ ਪੜ੍ਹਦਾ ਹੈ ਜੀ ਜੋ 5.5 ਲੱਖ ਜਿਹੜੀਆਂ ਕੁੜੀਆਂ ਨੇ ਸੋ ਕੁੜੀਆਂ ਦੀ ਗਿਣਤੀ ਉਂਝ ਘੱਟ ਹੈ 48% ਵਧੀ ਹੈ ਪਰ ਇੱਥੇ ਜ਼ਿਆਦਾ ਔਰਤਾਂ ਆ ਰਹੀਆਂ ਨੇ ਸੋ ਐਸੀ ਗੱਲ ਨਹੀਂ ਹੈ ਇਹ ਠੀਕ ਹੈ ਧਾਰਨੀ ਸਾਹਿਬ ਦੀ ਗੱਲ ਨਾਲ ਮੈਂ ਪਾਰਸ਼ਲੀ ਇਸ 'ਤੇ ਐਗਰੀ ਵੀ ਕਰਦਾ ਵੀ ਡਿਫੀਕਲਟੀਜ਼ ਹੈਗੀਆਂ ਨੇ ਪਰ ਕੋਰਟਾਂ 'ਚ ਉਹੀ ਔਰਤਾਂ ਗਵਾਹੀ ਦੇਣ ਵੀ ਆਉਂਦੀਆਂ ਨੇ ਕੁਛ ਠੀਕ ਹੈ ਹਾਈ ਕੋਰਟ ਦਾ ਗੱਲ ਹੈ ਮੈਂ ਲੋਅਰ ਕੋਰਟਾਂ 'ਚ ਬਹੁਤ ਦੇਖਿਆ ਉਹ ਬੈਠੀਆਂ ਰਹਿੰਦੀਆਂ ਨੇ ਥਾਣੇ ਜਾ ਕੇ ਵੀ ਬੈਠੇ ਨੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਸੋ ਐਸੀ ਗੱਲ ਨਹੀਂ ਇੱਕ ਛੋਟੀ ਜਿਹੀ ਹੋਰ ਉਦਾਹਰਨ ਦਿੰਦਾ ਮੈਂ ਵੀ ਔਰਤਾਂ ਕਿੰਨੀ ਬੋਲਡ ਹੁੰਦੀਆਂ ਨੇ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਬੋਲਦਾ ਆਹ ਸਾਡੇ ਨਾਲ ਬਲਟਾਣਾ ਬਲਟਾਣੇ ਸਕੂਲ ਦੇ ਵਿੱਚ ਟੀਚਰਾਂ ਨੇ ਕੋਈ ਗਲਤ ਸਾਈਨ ਕਰਾਉਣੇ ਚਾਹੇ ਬੱਚਿਆਂ ਤੋਂ ਇੱਕ ਅਰਜ਼ੀ ਦੇਖ ਕੇ ਮੁੰਡਿਆਂ ਨੇ ਪਹਿਲਾਂ ਤਾਂ ਨਾ ਕਰੀ ਪਰ ਫਿਰ ਸਾਈਨ ਕਰਤੇ ਡਰਦੇ ਕੁੜੀਆਂ ਨੇ ਰਿਫਿਊਜ਼ ਕਰਤਾ ਵੀ ਅਸੀਂ ਨਹੀਂ ਕਰਦੇ ਇਹ ਗਲਤ ਹੈ ਅਸੀਂ ਨਹੀਂ ਕਰਨਾ ਕੁੜੀਆਂ ਨੂੰ ਅੰਦਰ ਬੰਦ ਕਰਤਾ ਕਮਰੇ ਦੇ ਤੋ ਫੇਰ ਵੀ ਨਹੀਂ ਹਟੀਆਂ ਉਹਨਾਂ ਨੇ ਅੰਦਰੋਂ ਫੋਨ ਫਾਨ ਕਰਕੇ ਆਪਣੇ ਮਾਪਿਆਂ ਨੂੰ ਬੁਲਾਇਆ ਔਰ ਟੀਵੀ ਦੇ ਉੱਤੇ ਮੀਡੀਆ ਦੇ ਸਾਹਮਣੇ ਜਾ ਕੇ ਥਾਣੇ 'ਚ ਕਹਿ ਕੇ ਆਈਆਂ ਵੀ ਸਾਨੂੰ ਗਲਤ ਸਾਈਨ ਕਰਾਉਂਦੇ ਸੀ ਅਸੀਂ ਨਹੀਂ ਕਰਦੇ ਸੋ ਐ ਨਹੀਂ ਹੈ ਇਹ ਠੀਕ ਹੈ ਕਿਤੇ ਔਰਤਾਂ ਅੱਗੇ ਆ ਜਾਂਦੀਆਂ ਨੇ ਕਿਤੇ ਮਰਦ ਅੱਗੇ ਆ ਜਾਂਦੇ ਪਰ ਜਦ ਉਹਨਾਂ ਨੂੰ ਮੌਕੇ ਮਿਲਦੇ ਨੇ ਤਾਂ ਉਹ ਡੈਫੀਨੇਟਲੀ ਅੱਗੇ ਆਉਣਗੀਆਂ ਇਹ ਆਪਾਂ ਕਹਿੰਦੇ ਹਾਂ ਜਿਹੜੇ ਤੁਸੀਂ ਕਹਿੰਦੇ ਹੋ ਇੰਪਲੀਮੈਂਟੇਸ਼ਨ 'ਚ ਜਦੋਂ ਸਮਾਜ 'ਚ ਅੱਗੇ ਆਉਣੀਆਂ ਤਾਂ ਸਿਆਸਤ 'ਚ ਵੀ ਅੱਗੇ ਆਉਣਗੀਆਂ ਜੇ ਗ੍ਰਾਮ ਸਭਾ 'ਚ ਫੈਸਲੇ ਹੋਣ ਲੱਗੇ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਖਤਮ ਕਰਾਂਗਾ ਕਿਉਂਕਿ ਟਾਈਮ ਵੀ ਹੈ ਤੁਹਾਡਾ ਪਿੰਡਾਂ ਦੇ ਵਿੱਚ ਇਹੋ ਜਿਹਾ ਹੋਇਆ ਕਿ ਵਿਰੋਧੀ ਪਾਰਟੀ ਹਲਕਾ ਇੰਚਾਰਜ ਉਹਨਾਂ ਦੋਹਾਂ ਨੇ ਇੱਟਾਂ ਰੋੜੇ ਮਾਰ ਕੇ ਜ਼ੋਰ ਲਾ ਲਿਆ ਉਹ ਔਰਤਾਂ ਥਾਣੇ ਜਾ ਕੇ ਕਹਿੰਦੇ ਵੀ ਠੀਕ ਹੈ ਸਾਡੇ ਘਰ ਫਿਰ ਸਾਡੇ ਕੇਸ ਦਰਜ ਥਾਣੇਦਾਰ ਕਹੇ ਮੈਂ ਤੁਹਾਡੀ ਜਮਾਨਤ ਕਰ ਕਹਿੰਦੇ ਅਸੀਂ ਜਮਾਨਤ ਲੈਣੀ ਨਹੀਂ ਅਸੀਂ ਗੈਰ ਕਾਨੂੰਨੀ ਕੰਮ ਕਰਿਆ ਨਾ ਤੁਹਾਡੇ ਹਿਸਾਬ ਨਾਲ ਗ੍ਰਾਮ ਸਭਾ ਬੁਲਾ ਕੇ ਤੁਸੀਂ ਸਾਡੇ 'ਤੇ ਕੇਸ ਰਜਿਸਟਰ ਕਰੋ ਉਹਨੂੰ ਖੇੜਾ ਛੁਡਾਉਣਾ ਪਿਆ ਸੋ ਇਹੀ ਜਿਹੀ ਗੱਲ ਨਹੀਂ ਹੋ ਜਾਂਦਾ ਮਨਨਦੀਪ ਜੀ ਇਹ ਇਹ ਜਿਹੜਾ ਪੂਰੇ ਦਾ ਪੂਰਾ ਸਿਨੈਰੀਓ ਇਸ ਸਿਨੈਰੀ ਤੋਂ ਵੀ ਜਿਹੜੀ ਜ਼ਿਆਦਾ ਚਰਚਾ ਹੁੰਦੀ ਉਹ ਹਜੇ ਤੱਕ ਸਿਰਫ ਇਹ ਹੁੰਦੀ ਹੈ ਵੀ ਘਰ ਵਾਲੇ ਨੇ ਘਰ ਵਾਲੀ ਨੂੰ ਚੋਣ ਲੜਾਤੀ ਔਰ ਉਹ ਰਬੜੀ ਸਟੈਂਪ ਬਣ ਕੇ ਰਹਿ ਗਈ ਬੀਤੇ ਕੁਛ ਟਾਈਮ ਦੇ ਵੀ ਜਿਹੜਾ ਬਦਲਾਅ ਦੇਖਣ ਨੂੰ ਮਿਲਿਆ ਕਿ ਚੰਗੀ ਸਿੱਖਿਆ ਹਾਸਲ ਕਰਕੇ ਕੁੜੀਆਂ ਜਿਹੜੀਆਂ ਨੇ ਪਿੰਡਾਂ ਦੀਆਂ ਕੁੜੀਆਂ ਉਹ ਸਰਪੰਚੀ ਦੀ ਚੋਣ ਲੜ ਰਹੀਆਂ ਨੇ ਕੀ ਉਹ ਇੱਕ ਬੈਟਰ ਆਪਸ਼ਨ ਹੋ ਸਕਦੀ ਹੈ ਇਸ ਸਿਚੁਏਸ਼ਨ ਨੂੰ ਚੇਂਜ ਕਰਨ ਦੇ ਲਈ ਤੁਸੀਂ ਨਾ ਬਹੁਤ ਪਛੜੇਪਨ ਵਾਲੀ ਗੱਲਾਂ ਕਰ ਰਹੇ ਹੋ ਮੇਰੇ ਹਿਸਾਬ ਨਾਲ ਸਾਰੇ ਆਪਾਂ ਜਿਹੜੀ ਜਦੋਂ ਇਹ ਗੱਲ ਕਰਦੇ ਆ ਨਾ ਵੀ ਔਰਤ ਦੇ ਉੱਤੇ ਇਸ ਤਰ੍ਹਾਂ ਦੇ ਸ਼ੱਕ ਕਰਦੇ ਆ ਮੈਂ ਤੁਹਾਨੂੰ ਇੱਕ ਭਾਰਤੀ ਜਨਤਾ ਪਾਰਟੀ ਦੀ ਉਦਾਹਰਨ ਦੇਣੀ ਚਾਹੁੰਦਾ ਆ ਉਹ ਇਹਦੇ ਨਾਲ ਬਹੁਤ ਰੈਲੇਵੈਂਟ ਆ ਜਿਹੜਾ ਤਲਾਕ ਦਾ ਮਾਮਲਾ ਮੋਦੀ ਸਾਹਿਬ ਲੈ ਕੇ ਆਏ ਆ ਤੁਸੀਂ ਕੀ ਸਮਝਦੇ ਉਹਨੂੰ ਪਤਾ ਹੈ ਵੀ ਜਿਹੜਾ ਮਰਦ ਮੁਸਲਮਾਨ ਆ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਔਰਤਾਂ ਦੀ ਹਮਦਰਦੀ ਵਾਸਤੇ ਯਾਨੀ ਕਿ ਉਹਨੂੰ ਉਹਨਾਂ ਨੂੰ ਇਹ ਬਿਲਕੁਲ ਸਪਸ਼ਟ ਆ ਕਿ ਇਹਦੇ ਨਾਲ ਅਸੀਂ ਔਰਤਾਂ ਦੀ ਹਮਦਰਦੀ ਲਾਂਗੀਆਂ ਲਾਂਗੇ ਕਿਵੇਂ ਲੈਣਗੇ ਕਿਉਂਕਿ ਔਰਤ ਨੂੰ ਇਹ ਲੱਗ ਰਿਹਾ ਵੀ ਹੁਣ ਮੇਰੇ ਕੋਲ ਇਹ ਕਾਨੂੰਨੀ ਅਧਿਕਾਰ ਆ ਯਾਨੀ ਔਰਤ ਮੁਸਲਮਾਨ ਔਰਤ ਚੇਤਨ ਹੋ ਜਾਏਗੀ ਜਿਹਨੂੰ ਅਸੀਂ ਬਹੁਤ ਪਛੜਿਆ ਸਮਝਦੇ ਜਿਹੜੀ ਬੁਰਕੇ ਦੇ ਪਿੱਛੇ ਫਿਰਦੀ ਰਹਿੰਦੀ ਹੈ ਉਹਦੇ ਤੋਂ ਇੰਨੀ ਸੰਭਾਵਨਾ ਹੈ ਸੈਂਟਰ ਗਵਰਨਮੈਂਟ ਨੇ ਅਧਿਐਨ ਕਰਾਇਆ ਹੋਊਗਾ ਉਹ ਵੋਟ ਬੈਂਕ ਦੇ ਲਈ ਸੀ ਉਹ ਬਿਲਕੁਲ ਪ੍ਰੈਕਟੀਕਲੀ ਉਹ ਸਮਝ ਆ ਗਿਆ ਸੀ ਠੀਕ ਹੈ ਨਾ ਉਹਨੇ ਉਹ ਚੇਤਨਾ ਦਾ ਮਾਮਲਾ ਆ ਉਹਨੂੰ ਇਸ ਗੱਲ ਦੀ ਉਹਨੂੰ ਉਹਦੇ 'ਚ ਚੇਤਨਾ ਦੀ ਚਿਣ ਗਿਆ ਕਿ ਮੇਰੇ ਕੋਲ ਉਹਨੂੰ ਕਾਨੂੰਨੀ ਅਧਿਕਾਰ ਹੈ ਮੈਨੂੰ ਕੋਈ ਤਲਾਕ ਕਹਿ ਨਹੀਂ ਦੇ ਸਕਦਾ ਵੀ ਜਾ ਤੈਨੂੰ ਤਲਾਕ ਕਰਤਾ ਨਹੀਂ ਦੇ ਸਕਦਾ ਇਹਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਮੌਕਾ ਦਿਓਗੇ ਉਹਦੇ 'ਚ ਚੇਤਨਾ ਪੈਦਾ ਆਏਗੀ ਔਰਤ ਵਿੱਚ
ਜਿਵੇਂ ਕਿ ਇਹ ਗੱਲਾਂ ਸਾਰੇ ਮੈਂ ਵੀ ਇੱਥੇ ਗੱਲ ਚਲਾਉਣੀ ਨਹੀਂ ਚਾਹੁੰਦਾ ਸੀ, ਮੈਂ ਵੀ ਸੁਣਾ ਦਿੰਦਾ ਹਾਂ। ਮੇਰੀ ਮਾਂ ਇੱਕ ਮੌਕੇ 5 ਸਾਲ ਪੰਚ ਰਹੀ ਹੈ, ਠੀਕ ਆ। ਉਹਨੇ ਮਰਦੇ ਦਮ ਤੱਕ ਸਾਡੇ ਉੱਤੇ ਉਹਦਾ ਪੂਰਾ ਰੋਹਬ ਰਿਹਾ ਕਿ ਮੈਂ ਪੰਚ ਰਹੀ ਹਾਂ ਪਿੰਡ ਦੀ, ਬਣਿਆ ਮੈਂ ਨਾ ਸਮਝੋ, ਠੀਕ ਹੈ ਨਾ। ਮਤਲਬ ਇਹ ਕਿ ਉਹਦੇ ਅੰਦਰ ਉਹ ਜਿਹੜੀ ਇੱਕ ਪਈ ਸੀ ਤਾਕਤ, ਜਿਹੜੀ ਤਾਕਤ ਪਈ ਸੀ ਉਹਦੇ ਅੰਦਰ ਉਹ ਪੰਚ ਹੋਣ ਦੀ, ਉਸ ਤਾਕਤ ਦੀ ਵਰਤੋਂ ਘਰ ਦੇ ਵਿੱਚ ਵੀ ਕਰਦੇ ਰਹੇ ਆ, ਠੀਕ ਹੈ ਨਾ। ਮੇਰੇ ਫਾਦਰ ਤੇ ਵੀ ਕਰਦੇ ਰਹੇ ਆ ਉਹ ਗੱਲਾਂ ਗੱਲਾਂ 'ਚ ਸੁਣਾ ਕੇ। ਯਾਨੀ ਕਿ ਅਸੀਂ ਜੇ ਔਰਤਾਂ ਨੂੰ ਸਮਝ ਲਈਏ ਨਾ, ਪਿੰਡ ਦੀ ਔਰਤਾਂ ਜਿਹੜੀਆਂ ਅਨਪੜ੍ਹ ਔਰਤਾਂ ਹੈਗੀਆਂ, ਜਿਹਨਾਂ ਦੇ ਮਰਦ ਜਿਹੜੇ ਹੈਗੇ ਆ ਘਰ ਦੇ ਵਿੱਚ ਪ੍ਰਧਾਨ ਆ, ਤੇ ਉਹਨਾਂ ਦੀ ਔਰਤ ਤੇ ਵੀ ਚੱਲਦੀ ਹੈ, ਕਿਤੇ ਨਾ ਕਿਤੇ ਔਰਤ ਇਸ ਗੱਲ ਨੂੰ ਸਮਝ ਰਹੀ ਹੁੰਦੀ ਹੈ ਵੀ ਕਾਸ਼ ਵੀ ਮੈਂ ਆਪਦੇ ਘਰ ਵਾਂਗੂ ਮੈਂ ਵੀ ਚਲਾਕ ਹੁੰਦੀ, ਮੈਂ ਵੀ ਇਹਦੇ ਵਾਂਗੂ ਤਾਕਤਵਰ ਹੁੰਦੀ, ਤਾਂ ਅੱਜ ਮਤਲਬ ਇਹਦੀ ਥਾਂ ਤੇ ਮੈਂ ਹੁੰਦੀ। ਮਤਲਬ ਇਹਨੂੰ ਆਪਾਂ ਜੇ ਦਬਾ ਕੇ ਰੱਖਣਾ ਚਾਹੁੰਦੇ ਅਸਲੋਂ ਬਿਲਕੁਲ ਹੀ, ਤਾਂ ਆਪਾਂ ਨੂੰ ਰਿਜ਼ਰਵੇਸ਼ਨ ਦੇਣ ਦੀ ਲੋੜ ਹੀ ਹੈ ਨਹੀਂ, ਠੀਕ ਹੈ ਨਾ। ਉਹਨਾਂ ਨੂੰ ਰੋਟੀਆਂ ਪਕਾਉਣ ਦੋ ਚੁੱਲ੍ਹਿਆਂ 'ਤੇ, ਇਹ ਸਾਰੀਆਂ ਗੱਲਾਂ ਵਾਪਰਨੀਆਂ, ਠੀਕ ਹੈ, ਵਾਪਰ ਵੀ ਰਹੀਆਂ ਆ। ਉਹ ਚੈੱਕ ਵੀ ਜਿਹੜੇ ਹੈਗੇ ਔਰਤਾਂ ਦੀ ਥਾਂ 'ਤੇ ਬੰਦੇ ਉਹਨਾਂ ਦੇ ਘਰ ਵਾਲੇ ਵੰਡਦੇ ਆ ਪਿੰਡਾਂ 'ਚ, ਇਹ ਵੀ ਬਿਲਕੁਲ ਸੱਚਾਈਆਂ ਆ। ਪਰ ਇਹ ਇੱਕ ਸੋਸ਼ਲ ਰੈਵੋਲੂਸ਼ਨ ਦੀ ਪ੍ਰੋਬਲਮ ਹੈਗੀ ਹੈ। ਮੈਂ ਗੱਲ ਮੇਰੀ ਪੂਰੀ ਹੋ ਰਹੀ ਹੈ, ਐ ਨਹੀਂ ਠੀਕ ਮੈਂ ਚੁੱਪ ਕਰਕੇ ਬੈਠਾ ਰਿਹਾ, ਇਹ ਉਂਗਲ ਕਰ ਦਿੰਦੇ ਆ ਤਾਂ ਇਹ ਨਹੀਂ ਵੀ ਐਡੀ ਗੱਲ ਨਹੀਂ, ਇਹਨਾਂ ਨੇ ਇੰਨਾ ਕੋਈ ਗੁਨਾਹ ਵੀ ਨਹੀਂ ਕੀਤਾ, ਗੁਨਾਹਗਾਰ ਹੋ ਗਏ ਹੁਣ। ਮਾਮਲਾ ਇਹ ਆ, ਜਿਹੜੇ ਪੱਛਮੀ ਦੇਸ਼ ਸਾਡੇ ਤੋਂ 200 ਸਾਲ ਅੱਗੇ ਅਸੀਂ ਸਮਝਦੇ ਹਾਂ, ਉਹਨਾਂ ਵਿੱਚ ਵੀ ਹਾਲੇ ਕਲਚਰ ਰੈਵੋਲੂਸ਼ਨ ਨਹੀਂ ਆਇਆ, ਠੀਕ ਨਾ। ਚਾਈਨਾ ਵਰਗਾ, ਚਾਈਨਾ ਜਦੋਂ ਕਲਚਰ ਰੈਵੋਲੂਸ਼ਨ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਸੀ ਨਾ ਉਹਨੇ, ਉਦੋਂ ਫੇਲ ਹੋ ਗਿਆ ਸੀ ਉੱਥੇ। ਯਾਨੀ ਕਿ ਜਿਹੜਾ ਸਮਾਜਿਕ ਜਿਹੜੀ ਤਬਦੀਲੀ ਹੈ ਇਹਦੀ ਆਪਣੀ ਚਾਲ ਆ, ਉੱਪਰਲੇ ਜਿਹੜੇ ਬੰਦੇ ਬੈਠੇ ਆ ਜਿਨ੍ਹਾਂ ਨੇ ਇੱਕ ਸਿਸਟਮ ਜਿਹੜਾ ਕ੍ਰੀਏਟ ਕਰ ਲਿਆ ਆ, ਉਹਨਾਂ ਦੀ ਚਾਲ ਉਹਦੇ ਨਾਲ ਤੇਜ਼ ਆ, ਪਰ ਤੇਜ਼ੀ ਦੇ ਵਿੱਚ ਉਹਨਾਂ ਨੂੰ ਦਰੜਨ ਨਾਲੋਂ ਹੌਲੀ ਹੌਲੀ ਕਰਕੇ ਨਾਲ ਲੈ ਕੇ ਆਉਣਾ ਜਿਹੜਾ ਉਹ ਜ਼ਿਆਦਾ ਇੰਪੋਰਟੈਂਟ ਆ, ਔਰ ਇਸ ਗੱਲ ਦਾ ਜਿਹੜਾ ਸਵਾਗਤ ਹੋਣਾ ਚਾਹੀਦਾ ਆ। ਇਹ ਕੈਪਟਨ ਅਮਰਿੰਦਰ ਸਿੰਘ ਨੇ ਚੰਗਾ ਕੰਮ ਕੀਤਾ, ਜੇ ਮੈਂ ਨਿਊਟਰਲ ਮੇਰੀ ਸੋਚ ਹੈਗੀ ਆ, ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਹੈਗਾ, ਔਰ ਮੈਂ ਤਾਂ ਇਹਦਾ ਸਵਾਗਤ ਕਰਦਾ ਹਾਂ, ਔਰ ਮੈਂ ਤਾਂ ਕਹਿੰਦਾ ਕਿ ਅੱਗੇ ਜਾ ਕੇ ਮੈਂ ਇਹ ਵੀ ਕਹਿੰਦਾ ਹਾਂ ਵੀ ਉਹਨਾਂ ਦੇ ਮਰਦਾਂ ਨੂੰ ਕਾਬੂ ਕਰਨ ਵਾਸਤੇ ਵੀ ਜੇ ਕੋਈ ਕਾਨੂੰਨ ਬਣ ਸਕਦਾ ਹੋਵੇ ਜਿਹੜਾ ਕਿ ਮੁਸ਼ਕਲ ਆ, ਉਹ ਰਿਕੁਆਇਰਡ ਰਿਕੁਆਇਰਡ ਹੈ। ਚਲੋ ਬਹੁਤ 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 ਸ਼ੁਕਰੀਆ, ਮੈਂ ਮਾਫੀ ਚਾਹਾਂਗਾ ਤੁਹਾਡੇ ਸਾਹਿਬ, ਵਕਤ ਜਿਹੜਾ ਇਜਾਜ਼ਤ ਨਹੀਂ ਗੇਟ 'ਚ ਮੁਕਾ ਦੇਣਾ ਜੀ ਪਲੀਜ਼। ਇਹਨਾਂ ਨੇ ਆਪਣੇ ਮਦਰ ਦੀ ਜਿਹੜੀ ਗੱਲ ਕਰੀ ਹੈ ਮੈਂ ਵੀ ਸਲਿਊਟ ਕਰਦਾ, ਕਿਉਂਕਿ ਉਹਨਾਂ ਨੇ ਮਦਨਦੀਪ ਜੀ ਵਰਗਾ ਮੁੰਡਾ ਕਰਿਆ, ਇੱਥੇ ਤੱਕ ਉਹ ਚੇਤਨ ਮਨ ਸੀ। ਮੈਂ ਕਹਿੰਦਾ ਇਸ ਤਰ੍ਹਾਂ ਦੀਆਂ ਚੇਤਨ ਮਨ ਲੇਡੀਜ਼ ਆਉਣੀਆਂ ਚਾਹੀਦੀਆਂ, ਮੈਂ ਇਸ ਗੱਲ ਦੇ ਖਿਲਾਫ ਨਹੀਂ ਹੈਗਾ, ਪਰ ਇਹ ਨਹੀਂ ਵੀ ਉਹੀ ਇੱਕ ਟਾਈਮ ਪੂਰਾ ਕਰਨ ਵਾਲੀ ਗੱਲ। ਤਾਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਸੰਤ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਮਦਨਦੀਪ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਡਾਕਟਰ ਗੜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ। ਸੋ ਲੱਭੋ ਲੁਆਬ ਇਹ ਨਿਕਲਦਾ ਹੈ ਕਿ ਔਰਤਾਂ ਅੱਗੇ ਆਉਣੀਆਂ ਚਾਹੀਦੀਆਂ ਨੇ, ਇਸ ਗੱਲ ਦਾ ਸਾਰੇ ਸਵਾਗਤ ਕਰ ਰਹੇ ਨੇ, ਨਾਲ ਦੀ ਨਾਲ ਸਮਾਜਿਕ ਪੱਧਰ 'ਤੇ ਜਿਹੜੇ ਬਦਲਾਅ ਹੋਣੇ ਚਾਹੀਦੇ ਨੇ ਤਾਂ ਜੋ ਮਾਹੌਲ ਜਿਹੜਾ ਔਖਾ ਹੈਗਾ ਫਿਲਹਾਲ ਦੀ ਘੜੀ ਵਿੱਚ ਉਸ ਨੂੰ ਸੁਖਾਲਾ ਬਣਾਉਣਾ, ਤਾਂ ਮਰਦਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਸ ਨੂੰ ਸੁਖਾਲਾ ਬਣਾਉਣ। ਉਹ ਇਹ ਨਾ ਸੋਚਣ ਕਿ ਇਹ ਤਾਂ ਸੁਖਾਲਾ ਹੈ ਨਹੀਂ ਗਾ, ਇਸ ਲਈ ਔਰਤਾਂ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ। ਔਰਤਾਂ ਅੱਗੇ ਆਉਣ, ਸਵਾਗਤ ਸਾਰੇ ਕਰਦੇ ਹੈ, ਉਹਦੇ ਵੀ ਮਿਲਣਗੇ, ਪਾਵਰ ਜਿਹੜੀ ਨਾਲ ਮਿਲਣੀ ਚਾਹੀਦੀ ਹੈ ਉਹ ਵੀ ਮਿਲੇਗੀ, ਪਰ ਜਿਹੜੇ ਬਦਲਾਅ ਹੋਣੇ ਚਾਹੀਦੇ ਹੈ ਉਹ ਵੀ ਕਰਨੇ ਪੈਣਗੇ। ਬਹੁਤ ਬਹੁਤ ਸ਼ੁਕਰੀਆ।